ਬੱਚੇ ਨੂੰ ਹੁੰਦਾ ਨਾ ਵੀ ਉਹ ਆਪਾਂ ਮਿੱਟੀ ਦੀਆਂ ਕੋਈ ਚੀਜ਼ਾਂ ਬਣਾਉਣੀਆਂ ਤੇ ਮਿੱਟੀ ਦੀਆਂ ਚੀਜ਼ਾਂ ਵਿੱਚ ਮੈਂ ਕਿਆ ਬਣਾਉਂਦਾ ਸੀ ਮੈਂ ਸਪੀਕਰ ਬਣਾਉਂਦਾ ਸੀ ਲੈਂਡਰਾਂ ਆ ਕੇ ਮੈਨੂੰ ਚੱਪਲ ਪਵਾਉਣ ਲੱਗੇ ਜਦੋਂ ਤਾਂ ਮੈਂ ਉੱਥੇ ਜਦ ਚੱਪਲ ਦਾ ਰੇਟ ਪੁੱਛਿਆ ਕਹਿੰਦੇ ਵੀ 4 ਰੁਪਈਏ ਤੇ ਮੁੜ ਕੇ ਮੈਂ ਮੇਰੀ ਨਜ਼ਰ ਪੈ ਗਈ ਇੱਕ ਉੱਥੇ ਗੀਤਾਂ ਦੀ ਕਿਤਾਬ ਤੇ ਜੀ ਮੈਂ ਕਿਹਾ ਜੀ ਇਹ ਕਿਤਾਬ ਨਵੀਂ ਆਈ ਹੈ ਕਹਿੰਦੇ ਹਾਂ ਤੇ ਮੈਂ ਕਿਹਾ ਜੀ ਇਹ ਕਿੰਨੇ ਦੀ ਹੈ ਕਹਿੰਦੇ 4 ਰੁਪਏ ਦੀ ਹੋਏਗੀ ਮੈਂ ਕਿਹਾ ਜੀ ਐਂ ਕਰੋ ਫਿਰ ਮੈਨੂੰ ਚੱਪਲ ਰਹਿਣ ਦਿਓ ਮੈਨੂੰ ਕਿਤਾਬ ਦੇ ਦਿਓ ਸਰ ਮੈਂ ਤੁਸੀਂ ਦੇਖੋ ਵੀ ਉਹ ਕਿਤਾਬ ਕਿਹਦੀ ਸੀ ਕੁਲਦੀਪ ਮਾਨਕ ਸਾਹਿਬ ਦੇ ਗੀਤਾਂ ਦੀ ਕਿਤਾਬ ਸੀਗੀ ਕਹਿਣ ਦਾ ਭਾਵ ਵੀ ਮੇਰੇ ਬ੍ਰਦਰ ਨੇ ਕੋਈ ਐਸਾ ਮੌਕਾ ਨਹੀਂ ਖੁੰਝਣ ਦਿੱਤਾ ਕਿ ਆਲੇ ਦੁਆਲੇ ਇਲਾਕੇ ਦੇ ਵਿੱਚ ਕੋਈ ਫੰਕਸ਼ਨ ਕੋਈ ਪ੍ਰੋਗਰਾਮ ਹੋਵੇ ਔਰ ਮੈਂ ਉੱਥੇ ਮੈਨੂੰ ਉੱਥੇ ਨਾ ਲੈ ਕੇ ਗਏ ਯਾਦਾਂ ਤੇਰੀਆਂ ਸੋਹਣੀਆਂ ਯਾਦਾਂ ਤੇਰੀਆਂ ਤਰਸਾਉਂਦੀਆਂ ਨੇ ਤੜਫਾਉਂਦੀਆਂ ਨੇ ਰੁਲਾਉਂਦੀਆਂ ਨੇ ਹਾਏ ਯਾਦਾਂ ਤੇਰੀਆਂ ਸੋਹਣੀਆਂ ਯਾਦਾਂ ਤੇਰੀਆਂ ਹਰਜਸ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਵਿੰਦਰ ਸਿੰਘ ਪ੍ਰੋਗਰਾਮ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਮੰਨੇ ਪਰਮੰਨੇ ਸਿੰਗਰ ਜੀ ਜਿਹੜੇ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ ਔਰ ਉਹਨਾਂ ਦਾ ਨਾਮ ਮਿਊਜ਼ਿਕ ਇੰਡਸਟਰੀ ਦੇ ਵਿੱਚ ਟੌਪ ਦੇ ਸਿਤਾਰਿਆਂ ਦੇ ਵਿੱਚ ਲਿਆ ਜਾਂਦਾ ਔਰ ਮੇਰੀ ਮੁਰਾਦ ਹੈ ਬਿਲ ਸਿੰਘ ਜੀ ਦੇ ਉੱਤੋਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਭ ਤੁਹਾਨੂੰ ਸਤਿ ਸ਼੍ਰੀ ਅਕਾਲ ਰਵਿੰਦਰ ਜੀ ਸਤਿ ਸ਼੍ਰੀ ਅਕਾਲ ਹਰਜਸ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਤੁਹਾਡੇ ਆਪਣੇ ਬਿਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ ਸਭ ਤੋਂ ਪਹਿਲਾਂ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਨੂੰ ਗਾਉਣ ਦਾ ਜਿਹੜਾ ਸ਼ੌਂਕ ਸੀਗਾ ਉਹ ਕਦੋਂ ਪਿਆ ਸਰ ਗਾਉਣ ਦਾ ਸ਼ੌਂਕ ਵੈਸੇ ਤਾਂ ਮੈਨੂੰ ਬਚਪਨ ਤੋਂ ਹੀ ਹੈ ਜੀ ਜਿਹੜਾ ਪ੍ਰੋਫੈਸ਼ਨਲ ਗਾਇਕੀ ਦੀ ਜੇ ਆਪਾਂ ਗੱਲ ਕਰੀਏ ਫਿਰ ਉਹ ਚੱਲ ਸੋ ਚੱਲ ਅੱਗੇ ਜਿੱਦਾਂ ਹੁਣ ਕਲਾਸ ਸ਼ੁਰੂ ਦੀਆਂ ਕਲਾਸਾਂ ਹੈਗੀਆਂ ਜਿਵੇਂ ਆਪਾਂ ਅੱਜ ਕੱਲ੍ਹ ਨਰਸਰੀ ਪ੍ਰੀ ਨਰਸਰੀ ਆ ਇਹ ਕਹਿ ਲੈਂਦੇ ਮਤਲਬ 4th ਕਲਾਸ ਦੇ ਵਿੱਚ ਆ ਕੇ ਮੈਂ ਕੰਪੀਟੀਸ਼ਨ ਲੜਨ ਚਲਾ ਗਿਆ ਸੀ ਸਕੂਲਾਂ ਦੇ ਕੰਪੀਟੀਸ਼ਨ ਹੁੰਦੇ ਸੀਗੇ ਕੋਈ ਜੋਨ ਹੁੰਦਾ ਸੀਗਾ ਜੋਨ 10-12 ਸਕੂਲਾਂ ਦਾ ਕੋਈ ਇੱਕ ਜਗ੍ਹਾ ਕਿਤੇ ਕੋਈ ਪ੍ਰੋਗਰਾਮ ਹੋਣਾ ਮੈਨੂੰ ਮੇਰੇ ਟੀਚਰ ਲੈ ਜਾਂਦੇ ਸੀ ਅਤੇ ਉੱਥੇ ਮੈਂ ਗਾਇਆ ਅਤੇ ਜਿੱਥੇ ਤੱਕ ਮੈਨੂੰ ਗਾਇਕੀ ਦੀ ਤੁਸੀਂ ਗੱਲ ਕਰਦੇ ਕਿ ਸ਼ੌਕ ਕਿਵੇਂ ਪਿਆ ਛੋਟੇ ਬੱਚੇ ਦਾ ਜਿਹੜਾ ਸ਼ੌਕ ਜਾਗਦਾ ਨਾ ਸਭ ਤੋਂ ਪਹਿਲਾਂ ਉਹ ਸੰਗੀਤ ਨਾਲ ਹੀ ਜੁੜਿਆ ਹੋਇਆ ਹੁੰਦਾ ਉਹ ਕਦੇ ਵੀ ਮਤਲਬ ਆਪਾਂ ਕਿਸੇ ਹੋਰ ਚੀਜ਼ ਨਾਲ ਸੰਗੀਤ ਇੱਕ ਇਹੋ ਜਿਹੀ ਚੀਜ਼ ਹੈਗੀ ਹੈ ਕਿ ਸਾਨੂੰ ਉਹ ਆਪਣੇ ਨਾਲ ਨਾ ਜਦੋਂ ਬੱਚਾ ਛੋਟਾ ਵੀ ਹੁੰਦਾ ਜਦੋਂ ਮਾੜੀ ਮੋਟੀ ਵੀ ਸਮਝ ਨੂੰ ਆਉਣ ਲੱਗ ਗਈ ਤੇ ਉਹਨੂੰ ਸੰਗੀਤ ਸੁਣਿਆ ਸੰਗੀਤ ਤਾਂ ਸੁਣਦਾ ਹੀ ਹੈ ਮਤਲਬ ਕਿਵੇਂ ਵੀ ਕਰਕੇ ਨਾ ਆਵਾਜ਼ ਕੰਨਾਂ ਵਿੱਚ ਜਾਂਦੀ ਸੀ ਤੇ ਉਸ ਵਕਤ ਹੀ ਬੱਚੇ ਨੂੰ ਜਿਹੜੀਆਂ ਉਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਜਿਵੇਂ ਘਰ ਦੇ ਵਿੱਚ ਮਾਂ ਨੇ ਕੁਛ ਬੋਲਿਆ ਕੁਛ ਉਹ ਚੀਜ਼ ਫੋਲੋ ਕਰ ਲਈ ਜਾਂ ਪਿਓ ਨੇ ਕੁਛ ਬੋਲਿਆ ਉਹ ਫੋਲੋ ਕਰ ਲਈ ਜਿਵੇਂ ਪਰਿਵਾਰ ਦੇ ਵਿੱਚ ਇੱਕ ਚੀਜ਼ ਬੋਲੀ ਜਾਂਦੀ ਹੈ ਉਹ ਸਭ ਤੋਂ ਪਹਿਲਾਂ ਉਹੀ ਚੀਜ਼ਾਂ ਸਿੱਖਦਾ ਤੇ ਇਸੇ ਤਰ੍ਹਾਂ ਉਹ ਕੰਨਾਂ ਵਿੱਚੋਂ ਪੈਂਦੀ ਹੋਊਗੀ ਗੂੰਜ ਸੰਗੀਤ ਦੀ ਤੇ ਬਚਪਨ ਦੇ ਵਿੱਚ ਹੀ ਗੁਣਗੁਣਾਉਣ ਲੱਗ ਗਿਆ ਤੇ ਫਿਰ ਥੋੜਾ ਜਿਹਾ ਖੇਡਣ ਵਾਲਾ ਹੋਇਆ ਮਾਹੌਲ ਤੇ ਗਲੀਆਂ ਦੇ ਵਿੱਚ ਖੇਡਦੇ ਖੇਡਦੇ ਗਾਈ ਜਾਣਾ ਜੀ ਆਪਣੀ ਕੋਈ ਟੀਮ ਜੀ ਬਣਾ ਕੇ ਜਿੱਦਾਂ ਹੁਣ ਕਿਤੇ ਜਦ ਤਾਂ TV 2B ਵਾਲਾ ਤਾਂ ਕੋਈ ਟ੍ਰੈਂਡ ਹੁੰਦਾ ਨਹੀਂ ਸੀ ਜ਼ਿਆਦਾ ਇੰਨਾ ਕਿਸੇ ਕਿਸੇ ਘਰ 'ਚ ਹੁੰਦਾ ਹੋਣਾ ਰੇਡੀਓ ਦੇ ਵਿੱਚ ਗਾਣੇ ਸੁਣੀ ਜਾਣੇ ਫਿਰ ਉੱਦਾਂ ਉਹਨੂੰ ਕਾਪੀ ਕਰੀ ਜਾਣਾ ਮਤਲਬ ਜਿਹੜਾ ਸ਼ੌਕ ਹੈ ਉਹ ਬਚਪਨ ਤੋਂ ਲੇਕਿਨ ਮੈਂ ਇਸ ਨੂੰ ਬਰਕਰਾਰ ਰੱਖਿਆ ਤਾਂ ਕਿ ਮੈਨੂੰ ਮੇਰੇ ਪੇਰੈਂਟਸ ਦੀ ਜਿਹੜੀ ਹੈਗੀ ਹੈ ਮੇਰੇ ਨਾਲ ਸਪੋਰਟ ਸੀਗੀ ਇਸ ਕਰਕੇ ਮੈਨੂੰ ਕਿਸੇ ਹੋਰ ਜੋਬ 'ਤੇ ਨਹੀਂ ਉਹਨਾਂ ਨੇ ਮਤਲਬ ਉਹ ਕੀਤਾ ਇੰਪ੍ਰੈਸ ਨਹੀਂ ਕੀਤਾ ਮੈਨੂੰ ਕਿ ਤੂੰ ਕੋਈ ਇੱਦਾਂ ਦਾ ਕੰਮ ਕਰੀ ਜਾਂ ਕੋਈ ਡਾਕਟਰ ਬਣ ਜਾ ਕੋਈ ਜ਼ਿਆਦਾ ਪੜ੍ਹ ਲੈ ਉਹ ਇੱਦਾਂ ਦਾ ਕੁਛ ਨਹੀਂ ਮੈਂ ਬਚਪਨ ਤੋਂ ਹੀ ਮਤਲਬ ਗਾਉਂਦਾ ਹੀ ਸੀਗਾ ਠੀਕ ਠੀਕ ਅਤੇ ਉਹ ਉਸ ਤੋਂ ਬਾਅਦ ਇੱਕ ਹੋਰ ਸਿਸਟਮ ਹੁੰਦਾ ਸੀਗਾ ਬੱਚੇ ਨੂੰ ਹੁੰਦਾ ਨਾ ਵੀ ਉਹ ਆਪਣਾ ਮਿੱਟੀ ਦੀਆਂ ਕੋਈ ਚੀਜ਼ਾਂ ਬਣਾਉਣੀਆਂ ਤੇ ਮਿੱਟੀ ਦੀਆਂ ਚੀਜ਼ਾਂ ਵਿੱਚ ਮੈਂ ਕਿਆ ਬਣਾਉਂਦਾ ਸੀ ਮੈਂ ਸਪੀਕਰ ਬਣਾਉਂਦਾ ਸੀ ਅੱਛਾ ਉਹ ਜਿਹੜੇ ਆਪਣੇ ਬਾਹਰ ਧੂਤੂ ਸਪੀਕਰ ਲੱਗੇ ਹੁੰਦੇ ਨਾ ਮੈਂ ਉਹ ਬਣਾਉਂਦਾ ਸੀ ਉਹਨੂੰ ਇੱਕ ਤਾਗਾ ਬੰਨ ਲੈਣਾ ਤਾਗਾ ਬਣਾ ਕੇ ਇੱਧਰ ਜਿਹੜੀ ਮਾਚਸ ਹੁੰਦੀ ਹੈ ਉਹਦੇ ਵਿੱਚ ਕੋਈ ਕਿਉਂਕਿ ਮਸ਼ੀਨ ਘੁਮਾਉਣੀ ਰਿਸੀਵਰ ਵਾਂਗੂ ਜੀ 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 ਉਹ ਮਤਲਬ ਕੁਦਰਤੀ ਮੇਰਾ ਪਹਿਲਾਂ ਤਾਂ ਰੁਝਾਨ ਹੀ ਇੱਦਾਂ ਸੀਗਾ ਗ੍ਰੈਮੋਫੋਨ ਬਣਾਉਣ ਦਾ ਗ੍ਰੈਮੋਫੋਨ ਹਾਂਜੀ ਹਾਂਜੀ ਜੀ ਤੇ ਰੁਝਾਨ ਇਹਦਾ ਮਤਲਬ ਕਹਿ ਸਕਦਾ ਕਿ ਮੈਨੂੰ ਬਚਪਨ ਤੋਂ ਸ਼ੌਕ ਸੀਗਾ ਅੱਛਾ ਫੈਮਿਲੀ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਵੀ ਕੋਈ ਸਿੰਗਿੰਗ ਲਾਈਨ ਦੇ ਵਿੱਚ ਮੇਰੇ ਨਾਨਕੇ ਪਰਿਵਾਰ ਦੇ ਵਿੱਚ ਕਵਿਸ਼ਰ ਜਿਹੜੇ ਹੈਗੇ ਸੀਗੇ ਕਥਾ ਵਾਚਕ
जी जिहड़े पुरानियां लोक थावां या पुरानियां जिहड़ियां आपां कह दिंदे हिस्टरियां है जी जी किसी देवी देवत्यां दी हो गईआं या गुरुआं दी हो गईआं पीरां दी हो गईआं ਉਹ ਹਿਸਟਰੀਆਂ ਨੂੰ ਮਤਲਬ ਉਹ ਗਾਉਂਦੇ ਹੁੰਦੇ ਸੀ ਗਾਉਂਦੇ ਹੁੰਦੇ ਸੀਗੇ ਅਤੇ ਮੈਂ ਜਦੋਂ ਛੁੱਟੀਆਂ ਵਿੱਚ ਆਪਣੇ ਨਾਨਕੇ ਜਾਣਾ ਅਤੇ ਮੇਰੇ ਮਾਮਾ ਜੀ ਬੜੇ ਅੱਛੇ ਮਤਲਬ ਇਸ ਲਾਈਨ ਦੇ ਮਾਸਟਰ ਸੀਗੇ ਬੜੇ ਉਹਨਾਂ ਦੇ ਸ਼ਾਗਿਰਦ ਸੀਗੇ ਜੀ ਜੀ ਅਤੇ ਮੈਂ ਵੀ ਉੱਥੇ ਬੈਠਾ ਰਹਿੰਦਾ ਸੀ ਸੁਣਦਾ ਰਹਿੰਦਾ ਸੀ ਉਹਨਾਂ ਨੂੰ ਅਤੇ ਜਦੋਂ ਉਹਨਾਂ ਨੇ ਕੋਈ ਆਪਣੀ ਜੁਗਲਬੰਦੀ ਕਰਨੀ ਹੈ ਜੀ ਚਾਰ ਚੇਲੇ ਇਕੱਠੇ ਹੋ ਜਾਣੇ ਉਹਨਾਂ ਦੇ ਉਹਨਾਂ ਨੇ ਜੁਗਲਬੰਦੀ ਕਰਨੀ ਮੈਂ ਵੀ ਸੁਣਦਾ ਰਹਿੰਦਾ ਸੀਗਾ ਮਤਲਬ ਬੜਾ ਅੱਛਾ ਮੇਰੇ ਜਿਹੜੇ ਨਾਨਕਿਆਂ ਦੇ ਵਿੱਚ ਮੇਰੇ ਮਾਮਾ ਜੀ ਉਹ ਮੇਰੇ ਘਰਦਿਆਂ ਨੇ ਉਹਨਾਂ ਨੂੰ ਹੀ ਮੇਰੇ ਗੁਰੂ ਬਣਾਤਾ ਸੀ ਜੀ ਉਹ ਉਹਨਾਂ ਦਾ ਨਾਮ ਹੈ ਮਾਸਟਰ ਸਾਧੂ ਰਾਮ ਪਵਾਲੇ ਵਾਲੇ ਜੀ 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 ਉੱਥੋਂ ਮੈਨੂੰ ਮਤਲਬ ਸਪੈਸ਼ਲ ਉਹਨਾਂ ਨੇ ਕੰਨ ਫੜ ਕੇ ਮੈਨੂੰ ਕੁਛ ਨਹੀਂ ਸਿਖਾਇਆ ਜੀ ਜੀ ਮੈਂ ਇੱਦਾਂ ਹੀ ਗਾਉਂਦਾ ਰਹਿੰਦਾ ਸੀਗਾ ਉਹਨਾਂ ਨੂੰ ਲੱਗਦਾ ਸੀ ਇਹ ਕੁਛ ਕਰੂਗਾ ਜੀ ਅਤੇ ਫਿਰ ਨਾ ਜਦੋਂ ਉਹ ਕਿਸੇ ਆਪਣੇ ਵੱਡੇ ਸ਼ਾਗਿਰਦ ਨੂੰ ਕਿਸੇ ਨੂੰ ਡਿਊਟੀ ਲਾਉਂਦਾ ਸੀ ਵੀ ਇਹਦੇ ਨਾਲ ਕੋਈ ਬੀਟ ਪਲੇ ਕਰੋ ਤਬਲਾ ਵਜਾਓ ਇਹਦੇ ਨਾਲ ਢੋਲਕ ਵਜਾਓ ਜਾਂ ਹਾਰਮੋਨੀਅਮ ਵਜਾਓ ਅਤੇ ਮੈਂ ਉਹ ਸੁਰਤਾਲ ਦੇ ਵਿੱਚ ਰਹਿੰਦਾ ਸੀਗਾ ਪ੍ਰਪੱਕ ਸਹੀ ਅਤੇ ਉਹਨਾਂ ਦੇ ਕਈ ਵਾਰੀ ਛੇਤਰ ਵੱਜਦੇ ਸੀਗੇ ਅਤੇ ਉਹਨਾਂ ਦੇਖਿਆ ਵੀ ਯਾਰ ਇਹ ਇਸ ਲਾਈਨ 'ਚ ਆ ਸਕਦਾ ਹੈ ਅਤੇ ਮਤਲਬ ਉੱਥੋਂ ਮੈਨੂੰ ਬੜੀ ਸੇਧ ਮਿਲੀ ਹੈ ਅਤੇ ਇੱਕ ਉੱਥੇ ਰਾਮਲੀਲਾ ਭਰਦੀ ਹੁੰਦੀ ਸੀ ਉਹਦੇ ਵਿੱਚ ਮੈਨੂੰ ਕਦੇ ਕਦੇ ਗਾਉਣ ਦਾ ਮੌਕਾ ਮਿਲ ਜਾਂਦਾ ਸੀ ਮੈਂ ਤੁਹਾਨੂੰ ਇੱਕ ਹਿਸਟਰੀ ਦੱਸਦਾ ਮਤਲਬ ਉਹ ਮੇਰੀ ਹਿਸਟਰੀ ਉਹ ਬਣ ਗਈ ਹੈ ਜੀ ਕਿ ਮੇਰੀ ਮਾਤਾ ਮੈਨੂੰ ਚੱਪਲ ਪਵਾਉਣ ਲੈ ਗਈ ਸਾਡੇ ਨੇੜੇ ਕਸਬਾ ਜਿਹਾ ਪੈਂਦਾ ਸੀਗਾ ਲਾਂਡਰਾਂ ਉੱਥੇ 8-10 ਦੁਕਾਨਾਂ ਹੁੰਦੀਆਂ ਸੀਗੀ ਅਤੇ ਜਿਵੇਂ ਕੋਈ ਮਤਲਬ ਚਾਹ ਵਾਲਾ ਕੋਈ ਹੋਟਲ ਜਾ ਲਾ ਲਓ ਜਾਂ ਮਤਲਬ ਹੋਰ ਕਿਤਾਬਾਂ ਦੀ ਦੁਕਾਨਾਂ ਲਾ ਲਓ ਇੱਦਾਂ ਦੇ ਨਾ 4-5 ਕੁ ਦੁਕਾਨਾਂ ਸੀਗੀਆਂ ਕੋਈ ਜ਼ਿਆਦਾ ਵੱਡਾ ਸ਼ਹਿਰ ਨਹੀਂ ਸੀਗਾ ਹੁਣ ਤਾਂ ਕਾਫੀ ਵੱਡਾ ਹੋ ਗਿਆ ਅਤੇ ਮੈਨੂੰ ਮੈਂ ਨੰਗੇ ਪੈਰ ਗਿਆ ਨੰਗੇ ਪੈਰ ਚੱਲ ਕੇ ਗਿਆ ਪਹਿਲਾਂ ਦਵਾਈ ਦਵਾਉਣੀ ਸੀਗੀ ਉੱਥੇ ਕੈਲੋ ਵਾਲੇ ਡਾਕਟਰ ਹੁੰਦੇ ਸੀਗੇ ਅਸੀਂ ਉੱਥੋਂ ਹੀ ਦਵਾਈ ਲਿਆ ਕਰਦੇ ਸੀਗੇ ਜੀ ਅਤੇ ਹਕੀਮ ਸੀ ਉੱਥੋਂ ਦਵਾਈ ਲੈ ਕੇ ਫਿਰ ਤੁਰ ਕੇ ਲਾਂਡਰਾਂ ਨੂੰ ਆਏ ਲਾਂਡਰਾਂ ਆ ਕੇ ਮੈਨੂੰ ਚੱਪਲ ਪਵਾਉਣ ਲੱਗੇ ਜਦੋਂ ਤਾਂ ਮੈਂ ਉੱਥੇ ਜਦ ਚੱਪਲ ਦਾ ਰੇਟ ਪੁੱਛਿਆ ਕਹਿੰਦੇ ਵੀ 4 ਰੁਪਈਏ 4 ਰੁਪਈਏ ਦੀ ਇਹ ਚੱਪਲ ਹੈ ਚੱਪਲ ਹੈ ਚੱਪਲ ਅਤੇ ਮੁੜ ਕੇ ਮੈਂ ਮੇਰੀ ਨਜ਼ਰ ਪੈ ਗਈ ਇੱਕ ਉੱਥੇ ਗੀਤਾਂ ਦੀ ਕਿਤਾਬ 'ਤੇ ਜੀ ਮੈਂ ਕਿਹਾ ਜੀ ਇਹ ਕਿਤਾਬ ਨਵੀਂ ਆਈ ਹੈ ਕਹਿੰਦੇ ਹਾਂ ਅਤੇ ਮੈਂ ਕਿਹਾ ਜੀ ਇਹ ਕਿੰਨੇ ਦੀ ਹੈ ਕਹਿੰਦੇ 4 ਰੁਪਏ ਦੀ ਹੋਏ ਵੀ ਮੈਂ ਕਿਹਾ ਜੀ ਐਂ ਕਰੋ ਫਿਰ ਮੈਨੂੰ ਚੱਪਲ ਰਹਿਣ ਦਿਓ ਮੈਨੂੰ ਕਿਤਾਬ ਦੇ ਦਿਓ ਤਾਂ ਸਰ ਮੈਂ ਤੁਸੀਂ ਦੇਖੋ ਵੀ ਉਹ ਕਿਤਾਬ ਕਿਹਦੀ ਸੀ ਕੁਲਦੀਪ ਮਾਨਕ ਸਾਹਿਬ ਦੇ ਗੀਤਾਂ ਦੀ ਕਿਤਾਬ ਸੀਗੀ ਜੀ ਮੇਰੇ ਖਿਆਲ ਸਾਹਿਬਾਂ ਦਾ ਤਰਲਾ ਸ਼ਾਇਦ ਇਹ ਨਾਮ ਸੀ ਉਹਦਾ ਕੋਈ ਸਾਹਿਬਾਂ ਦਾ ਮਤਲਬ ਨਾਮ ਸੀਗਾ ਅੱਗੇ ਪਤਾ ਨਹੀਂ ਕਿਹੜਾ ਗਾਣਾ ਕਿਹੜਾ ਹੋ ਸਕਦਾ ਮੇਰੇ ਇੰਨਾ ਯਾਦ ਨਹੀਂ ਰਿਹਾ ਕਾਫੀ ਪੁਰਾਣੀ ਗੱਲ ਹੋ ਗਈ ਅਤੇ ਮਤਲਬ ਮੈਂ ਆਪਣੇ ਜਿਹੜੇ ਜਿਨ੍ਹਾਂ ਤੋਂ ਮੈਂ ਪ੍ਰੇਰਿਤ ਹੈ ਜੀ ਉਹ ਕੁਲਦੀਪ ਮਾਨਕ ਸਾਹਿਬ ਹੈ ਜੀ ਜੀ ਉਹਨਾਂ ਦੀਆਂ ਕਲੀਆਂ ਮੈਂ ਗਾਉਂਦਾ ਰਿਹਾ ਲੋਕ ਥਾਵਾਂ ਗਾਉਂਦਾ ਰਿਹਾ ਅੱਜ ਵੀ ਮੈਂ ਇੱਥੋਂ ਸੁਣੀਆਂ ਜਾਂਦੀਆਂ ਤੁਸੀਂ ਅੱਜ ਸੁਣਾ ਸਕਦੇ ਹੋ ਹਾਂ ਜੀ ਮੈਂ ਸੁਣਾ ਦਿੰਦਾ ਹੁਣ ਤਾਂ ਇੱਕ ਚਰਚਾ 'ਚ ਬਹੁਤ ਜ਼ਿਆਦਾ ਗਾਣਾ ਰਹਿੰਦਾ ਵੈਸੇ ਸ਼ੁਰੂਆਤ ਮੈਂ ਹੀ ਕੀਤੀ ਸੀ ਉਹਦੀ ਚੈਨਲਾਂ 'ਤੇ ਬੈਠ ਕੇ ਕਿ ਜਦੋਂ ਵੀ ਕੋਈ ਮਤਲਬ ਮੈਥੋਂ ਪੁੱਛਦਾ ਪਹਿਲਾਂ ਮੈਂ ਮਾਂ ਹੁੰਦੀ ਮਾਂ ਸੁਣਾ ਦੇ ਕਰਦਾ ਸੀਗਾ ਜਾਂ ਫਿਰ ਕੋਈ ਹੋਰ ਕੋਈ ਪਾਪੂਲਰ ਸੌਂਗ ਹੋਣਾ ਉਹਨਾਂ ਦਾ ਕਲਾਸ ਦੇ ਵਿੱਚ ਇੱਕ ਜਾਂ ਦੋ ਬੱਚੇ ਇੱਦਾਂ ਦੇ ਜ਼ਰੂਰ ਨਿਕਲ ਜਾਂਦੇ ਸੀ ਜਿਹੜੇ ਐਂਟਰਟੇਨਮੈਂਟ ਦੇ ਪੱਖੋਂ ਅੱਗੇ ਹੁੰਦੇ ਸੀ ਉਹ ਗਾਉਂਦੇ ਹੁੰਦੇ ਸੀ ਕੁਝ ਹਾਂਜੀ ਹਾਂਜੀ ਤੇ ਤੁਸੀਂ ਵੀ ਉਹ ਸਰ ਮੇਰਾ ਤਾਂ ਪ੍ਰੈਕਟੀਕਲ ਵੀ ਇਦਾਂ ਹੀ ਹੋ ਜਾਂਦਾ ਸੀ ਅੱਛਾ ਵੀ ਤੂੰ ਗਾਣਾ ਸੁਣਾ ਦੇ ਵੀ ਤੂੰ ਗਾਣਾ ਸੁਣਾ ਦੇ ਤੇਰੇ ਨੰਬਰ ਲੱਗ ਜਾਣਗੇ ਨੰਬਰ ਲੱਗ ਜਾਣਗੇ ਨੰਬਰ ਲੱਗ ਜਾਣਗੇ ਠੀਕ ਹੈ ਤੇ ਮੈਂ ਨਾ ਮਤਲਬ ਉੱਥੇ ਵੀ ਮਾਂ ਹੁੰਦੀ ਮਾਂ ਗਾ ਕੇ ਮੈਂ ਫਸਟ ਪ੍ਰਾਈਜ਼ ਜਿੱਤ ਕੇ ਲਿਆਇਆ ਸੀ 4th ਕਲਾਸ 'ਚ ਜੀ ਅਤੇ ਮੈਂ ਉਸ ਤੋਂ ਬਾਅਦ ਅੱਜ ਕੱਲ੍ਹ ਜਿਹੜਾ ਗਾਣਾ ਬੜਾ ਚਰਚਾ ਵਿੱਚ ਰਹਿੰਦਾ ਮੈਂ ਤੁਹਾਨੂੰ ਉਹੀ ਗਾਣਾ ਸੁਣਾਉਂਦਾ ਮਾਨਕ ਸਾਹਿਬ ਦਾ ਜੀ ਜੀ ਬਾਕੀ ਤੁਸੀਂ ਜਿਹੜਾ ਮਰਜ਼ੀ ਦਾ ਨਾਮ ਲਿਆ ਦਿਓ ਗਾਣਾ ਮੈਂ ਉਹ ਵੀ ਸੁਣਾ ਦੂੰਗਾ ਠੀਕ ਹੈ ਤੁਸੀਂ ਬਸ ਉਹ ਤਾਂ ਕੱਢਣਾ ਮਾੜਾ ਜਿਹਾ ਮੈਨੂੰ ਸਾਰੇ ਗਾਣੇ ਆਉਂਦੇ ਮਾਨਕ ਸਾਹਿਬ ਦੇ ਮੈਂ ਤੁਹਾਨੂੰ ਸੁਣਾਉਂਦਾ ਜੀ ਚਾਦਰ ਬੂਰ ਪਿਆ ਕਣਕਾਂ ਨੂੰ ਮਾਏ ਤੇ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾਂਭ ਬੁੱਕਲ ਵਿੱਚ ਰੱਖੀਆਂ ਗਿਣਵੇ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸੀਂ ਸਿਦਕਾਂ ਨਾਲ ਨਿਭਾਈਆਂ ਕੂੰਜਾਂ ਵਾਂਗ ਪਰੋਣੀਆਂ ਧੀਆਂ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਬਹੁਤ
ਵਧੀਆ ਸਰ, ਬਹੁਤ ਵਧੀਆ ਜੀ, ਥੈਂਕ ਯੂ ਸਰ, ਥੈਂਕ ਯੂ। ਆਵਾਜ਼ ਵੀ ਬਹੁਤ ਸੋਹਣੀ ਹੈ, ਔਰ ਉਸ ਤੋਂ ਬਾਅਦ ਜੇ ਗਾਣੇ ਦੀ ਵੀ ਗੱਲ ਕਰਦੇ ਹਾਂ ਤੇ ਗਾਉਣ ਵਾਲਾ ਸ਼ਖਸ ਵੀ ਜਿਹੜਾ ਸੀਗਾ ਉਹ ਵੀ ਲੈਜੈਂਡ ਸੀਗਾ। ਵਾਹ 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 ਜੀ, ਉਹਨਾਂ ਦੀ ਤਿਆਰੀ ਕਰਨੀ। ਅੱਛਾ ਬਿਲ ਸਿੰਘ ਜੀ, ਮੈਨੂੰ ਇੱਕ ਹੋਰ ਦੱਸੋ ਕਿ ਪਰਿਵਾਰ ਦਾ ਤੁਹਾਨੂੰ ਕਾਫੀ ਸਪੋਰਟ ਰਿਹਾ ਹੈਗਾ। ਹਾਂਜੀ। ਔਰ ਤੁਸੀਂ ਜਿਹੜੇ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਸੀਗਾ ਉਹ ਪਰਿਵਾਰ ਦੀ ਮਦਦ ਦੇ ਨਾਲ ਕੀਤਾ। ਬਿਲਕੁਲ ਜੀ। ਹਰ ਇੱਕ ਸਕਸੈਸਫੁਲ ਪਰਸਨ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ। ਹਾਂਜੀ। ਉਹ ਸਟਰਗਲ ਤੁਸੀਂ ਦੇਖਿਆ, ਫੇਸ ਕੀਤਾ, ਔਰ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਪਹਿਲੀ ਐਲਬਮ ਜੋ ਤੁਸੀਂ ਲਾਂਚ ਕੀਤੀ ਸੀ ਤੇ ਉਹਦਾ ਕੀ ਰਿਸਪੌਂਸ ਰਿਹਾ, ਔਰ ਉਹਦਾ ਜਿਹੜਾ ਮਨਪਸੰਦ ਤੁਹਾਡਾ ਗਾਣਾ ਕਿਹੜਾ? ਸਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜਦੋਂ ਮੇਰਾ ਸਟਰਗਲ ਟਾਈਮ ਸੀਗਾ, ਜਿਵੇਂ ਮਤਲਬ ਛੋਟੇ ਹੁੰਦੇ ਜਿੱਦਾਂ ਬੱਚਾ ਆਪ ਨਹੀਂ ਕਿਤੇ ਜਾ ਸਕਦਾ ਜੀ, ਤਾਂ ਮੇਰੇ ਮੈਂ ਹਰ ਇੱਕ ਇੰਟਰਵਿਊ 'ਚ ਉਹਨਾਂ ਨੂੰ ਮਤਲਬ ਦੱਸਦਾ ਹੁੰਦਾ ਮੈਂ ਕਿ ਮੇਰੇ ਵੱਡੇ ਬ੍ਰਦਰ ਹੈ ਜੀ ਕ੍ਰਿਸ਼ਨ ਲਾਲ ਜੀ, ਔਰ ਉਹ ਜੋਬ ਕਰਦੇ ਸੀਗੇ ਸਿਵਲ ਸਰਜਨ ਆਫਿਸ 'ਚ, ਤਾਂ ਮੈਨੂੰ ਜਦੋਂ ਵੀ ਕਿਤੇ ਕੋਈ ਆਲੇ ਆਪਣੇ ਪਿੰਡਾਂ ਦੇ ਨੇੜੇ ਤੇੜੇ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਕੋਈ ਫੰਕਸ਼ਨ ਹੋਣੇ, ਜਿੱਦਾਂ ਅਖਾੜੇ ਲੱਗਦੇ ਸੀਗੇ ਕਾਮਰੇਡਾਂ ਦੇ ਹੋ ਗਏ ਜਾਂ ਕੋਈ ਡਰਾਮੇ ਹੋ ਗਏ, ਪਹਿਲਾਂ ਬਹੁਤ ਹੁੰਦੇ ਸੀਗੇ ਇੱਦਾਂ ਦੀਆਂ ਚੀਜ਼ਾਂ ਜੀ ਜੀ, ਮੈਨੂੰ ਉਹਨਾਂ 'ਚ ਲੈ ਜਾਂਦੇ ਸੀ ਉਹ ਜੀ, ਔਰ ਉੱਥੇ ਫਿਰ ਮੈਨੂੰ ਮਤਲਬ ਇੱਕ ਅੱਧੇ ਗੀਤ ਦਾ ਮੈਨੂੰ ਟਾਈਮ ਦੇ ਦੇਣਾ ਉਹਨਾਂ ਨੇ, ਬੱਚਾ ਸਮਝ ਕੇ ਵੀ ਯਾਰ ਬੱਚਾ ਗਾਣੇ ਦਾ ਟਾਈਮ ਦਿਓ ਅਤੇ ਮੈਨੂੰ ਲਾਈਕ ਵੀ ਕਰਦੇ ਸੀ, ਪਸੰਦ ਵੀ ਕਰਦੇ ਸੀਗੇ ਸਾਰੇ ਜੀ। ਮਤਲਬ ਕਹਿਣ ਦਾ ਭਾਵ ਵੀ ਮੇਰੇ ਬ੍ਰਦਰ ਨੇ ਕੋਈ ਐਸਾ ਮੌਕਾ ਨਹੀਂ ਖੁੰਝਣ ਦਿੱਤਾ ਕਿ ਆਲੇ ਦੁਆਲੇ ਇਲਾਕੇ ਦੇ ਵਿੱਚ ਕੋਈ ਫੰਕਸ਼ਨ ਕੋਈ ਪ੍ਰੋਗਰਾਮ ਹੋਵੇ ਔਰ ਮੈਂ ਉੱਥੇ ਮੈਨੂੰ ਉੱਥੇ ਨਾ ਲੈ ਕੇ ਗਏ, ਭਾਵੇਂ ਉਹ ਸਾਈਕਲ 'ਤੇ ਹੀ ਲੈ ਕੇ ਜਾਂਦੇ ਸੀਗੇ ਮੈਨੂੰ ਜੀ ਜੀ। ਅਤੇ ਉਸ ਤੋਂ ਬਾਅਦ ਜਦੋਂ ਮੈਂ ਆਪਣਾ ਸਕੂਲਿੰਗ ਤੋਂ ਬਾਅਦ ਮੈਂ ਕਾਲਜ ਆਇਆ, ਕਾਲਜ ਦੇ ਵਿੱਚ ਮੈਨੂੰ ਬੋਲੀਆਂ ਪਾਉਣ ਦਾ ਮੌਕਾ ਮਿਲਿਆ। ਬੋਲੀਆਂ ਵੈਸੇ ਮੈਂ ਆਲ ਓਵਰ ਇੰਡੀਆ 'ਚ ਤਕਰੀਬਨ ਹਰ ਜਗ੍ਹਾ ਪਾਈਆਂ, ਮੈਂ ਕਲੱਬਾਂ ਨਾਲ ਜੁੜਿਆ ਹੋਇਆ ਸੀਗਾ ਜੀ, ਜਿੱਦਾਂ ਕਲਚਰ ਅਫੇਅਰ ਡਿਪਾਰਟਮੈਂਟ ਨਾਲ ਹੋ ਗਿਆ, NZCC ਨਾਲ ਹੋ ਗਿਆ, ਜਾਂ ਪਬਲਿਕ ਰਿਲੇਸ਼ਨ ਨਾਲ ਹੋ ਗਿਆ, ਨਹਿਰੂ ਯੁਵਕ ਕੇਂਦਰ ਨਾਲ ਹੋ ਗਿਆ, ਉਹਨਾਂ ਦੇ ਨਾ ਟੂਰ ਜਾਂਦੇ ਹੁੰਦੇ ਸੀਗੇ ਭੰਗੜੇ ਦੀ ਟੀਮਾਂ ਲੈ ਕੇ, ਗਿੱਧੇ ਦੀ ਟੀਮਾਂ ਲੈ ਕੇ, ਯੂਥ ਫੈਸਟੀਵਲ ਦੇ। ਹਾਂ, ਉਹ ਯੂਥ ਫੈਸਟੀਵਲ ਹੁੰਦੇ ਸੀਗੇ ਆਪਣੇ ਜਦੋਂ ਕਾਲਜ ਦੇ ਹੁੰਦੇ ਸੀਗੇ, ਕਾਲਜ ਦੇ ਹੁੰਦੇ ਸੀ। ਹਾਂ, ਕਾਲਜ ਤੋਂ ਪਹਿਲਾਂ ਮਤਲਬ ਜਦੋਂ ਮੈਨੂੰ ਲੈ ਜਾਂਦੇ ਸੀਗੇ ਕਿ ਬੋਲੀਆਂ ਮੈਂ ਵਧੀਆ ਪਾ ਲੈਂਦਾ ਸੀ, ਮੇਰੀ ਪਿੱਚ ਹਾਈ ਸੀਗੀ ਜੀ ਜੀ, ਅਤੇ ਉਹ ਬੋਲੀਆਂ ਵਾਲਾ ਬੰਦਾ ਚਾਹੀਦਾ ਇੱਦਾਂ ਦਾ ਹੁੰਦਾ ਸੀ ਜੀ ਜੀ ਜੀ, ਇੱਕ ਪਲੱਸ ਪੁਆਇੰਟ ਸੀਗਾ ਮੈਂ ਤੂੰਬੀ ਵਜਾ ਲੈਂਦਾ ਸੀ। ਠੀਕ ਠੀਕ। ਅਤੇ ਉਹ ਮਤਲਬ ਮੈਂ ਆਲ ਓਵਰ ਇੰਡੀਆ ਤਕਰੀਬਨ ਟੂਰ ਲਾਏ ਹੋਏ ਹੈ ਜੀ, ਅਤੇ ਉਹ ਤੋਂ ਬਾਅਦ ਜਦੋਂ ਬੋਲੀਆਂ ਤੋਂ ਬਾਅਦ ਮੈਂ ਕਾਲਜ ਗਿਆ, ਕਾਲਜ ਦੇ ਵਿੱਚ ਮੈਨੂੰ ਬੋਲੀਆਂ ਵਾਸਤੇ ਉਹਨਾਂ ਨੇ ਕਿਹਾ ਵੀ ਯਾਰ ਇਹ ਬੋਲੀਆਂ ਵੀ ਬਹੁਤ ਅੱਛੀਆਂ ਪਾ ਲੈਂਦਾ ਅਤੇ ਸਾਡੀ ਜਿਹੜੀ ਟੀਮ ਹੈਗੀ ਉਹਦੇ ਨਾਲ ਮਤਲਬ ਚੱਲਿਆ ਕਰੂਗਾ ਵਧੀਆ ਜੀ ਜੀ ਜੀ। ਮੈਂ ਮਤਲਬ ਭੰਗੜੇ ਦੇ ਨਾਲ ਬੈਕਗਰਾਊਂਡ ਕਰਦਾ ਰਿਹਾ ਕਾਲਜ ਦੇ ਵਿੱਚ, ਔਰ ਬੋਲੀਆਂ ਦਾ ਸਿਲਸਿਲਾ ਮੇਰਾ ਇੱਥੇ ਤੱਕ ਚੱਲਦਾ ਰਿਹਾ ਜੀ, ਵੀ ਜਦੋਂ ਯੂਥ ਫੈਸਟੀਵਲ ਸ਼ੁਰੂ ਹੁੰਦੇ ਕਾਲਜਾਂ ਦੇ, ਜਦੋਂ ਮੈਂ ਇੱਕ ਕਾਲਜ ਨਾਲ ਬੋਲੀਆਂ ਪਾ ਲਈਆਂ ਜੀ, ਜਿਹੜਾ ਉਸ ਉਹ ਜੋਨ ਦੇ ਕੰਪੀਟੀਸ਼ਨਾਂ ਦੇ ਵਿੱਚ ਜਿਹੜਾ ਕਾਲਜ ਫਸਟ ਆ ਗਿਆ ਜੀ, ਤਾਂ ਮੰਨ ਲਓ ਸਾਡਾ ਮੋਹਾਲੀ ਕਾਲਜ ਫਸਟ ਨਹੀਂ ਆਇਆ, ਫਤਿਹਗੜ੍ਹ ਕਾਲਜ ਫਸਟ ਆ ਗਿਆ, ਜਾਂ ਕੋਈ ਬੇਲਾ ਕਾਲਜ ਫਸਟ ਆ ਗਿਆ ਜੀ ਜੀ, ਮਤਲਬ ਉਹਨਾਂ ਦੀ ਅੱਖ ਰਹਿੰਦੀ ਸੀ ਕਿ ਇਹਨੂੰ ਜੇ ਉਹਨਾਂ ਦਾ ਭੰਗੜਾ ਜਿੱਤ ਗਿਆ ਫਿਰ ਤਾਂ ਇਹ ਉਹਨਾਂ ਨਾਲ ਜਾਊਗਾ, ਅਤੇ ਜੇ ਸਾਡੇ ਵਾਲਾ ਭੰਗੜਾ ਜਿੱਤ ਗਿਆ ਅਤੇ ਫਿਰ ਬੋਲੀਆਂ ਪਾਉਣ ਆਪਾਂ ਨੇ ਉਹਨੂੰ ਲੈ ਕੇ ਜਾਣਾ। ਮਤਲਬ ਕਹਿਣ ਦਾ ਭਾਵ ਜੋਨ ਦੇ ਵਿੱਚ, ਇੰਟਰ ਜੋਨ ਦੇ ਵਿੱਚ, ਇੰਟਰ ਵਰਸਟੀ ਤੱਕ ਮੈਂ ਬੋਲੀਆਂ ਪਾਉਂਦਾ ਰਿਹਾ ਜੀ। ਉਸ ਤੋਂ ਬਾਅਦ ਫਿਰ ਬੋਲੀਆਂ ਦੇ ਵਿੱਚੋਂ ਹੀ ਮਤਲਬ ਮੈਂ ਨਿਕਲਿਆ ਗੀਤ, ਜਦੋਂ ਜਿੱਦਾਂ ਕੋਈ ਗੈਸਟ ਆਈਟਮ ਦਾ ਟਾਈਮ ਲੈ ਲੈਣਾ ਉੱਥੇ, ਇਹ ਵਿਚਾਲੇ ਇੰਟਰਵਲ ਹੁੰਦਾ ਜਿੱਦਾਂ ਵੀ ਜੱਜਸ ਨੇ ਕੋਈ ਚਾਹ ਪਾਣੀ ਪੀਣਾ ਅਤੇ ਭੰਗੜੇ ਦੀ ਟੀਮਾਂ ਗਿੱਧੇ ਟੀਮਾਂ, ਮਤਲਬ ਹਾਫ ਹਾਫ ਟਾਈਮ ਹੋ ਗਿਆ, ਉਸ ਵਕਤ ਸਾਨੂੰ ਟਾਈਮ ਮਿਲ ਜਾ ਕਰਦਾ ਸੀ, ਬਿੰਦ ਰੱਖਿਆ ਵੀ ਹੁੰਦਾ ਸੀਗਾ ਬੋਲੀਆਂ ਪਾਉਂਦਾ, ਹਾਂਜੀ, ਅਸੀਂ ਇਕੱਠਿਆਂ ਨੇ ਬੋਲੀਆਂ ਬਹੁਤ ਪਾਈਆਂ ਜੀ ਜੀ। ਉਸ ਵਕਤ ਸਾਨੂੰ ਨਾ ਟਾਈਮ ਮਿਲ ਜਾ ਕਰਦਾ ਸੀਗਾ ਇੱਕ ਇੱਕ ਐਟਮ ਗਾਉਣ ਦਾ, ਅਤੇ ਉੱਥੋਂ ਪਹਿਚਾਣ ਬਣਦੀ ਇੱਦਾਂ ਹੀ ਕਿਸੇ ਪ੍ਰੋਡਿਊਸਰ ਦੀ ਨਜ਼ਰ ਚੜ੍ਹ ਗਿਆ, ਮੈਂ ਨਜ਼ਰ ਚੜ੍ਹਿਆ ਹੋਇਆ, ਉਹਨਾਂ ਨੇ ਕਿਹਾ ਵੀ ਅਸੀਂ ਯਾਰ ਤੇਰਾ ਗਾਣਾ ਕਰਨਾ ਚਾਹੁੰਦੇ ਹਾਂ, ਵੀ ਜਦ ਤਾਂ ਰੀਲਾਂ ਬਣਦੀਆਂ ਸੀ ਕੈਸਟ ਆਉਂਦੀ ਹੁੰਦੀ, ਹਾਂਜੀ, ਅੱਠ ਅੱਠ ਗਾਣੇ, ਦਸ ਦਸ ਗਾਣੇ ਦੀ ਰੀਲਾਂ ਬਣਦੀਆਂ ਸੀ, ਅਤੇ ਮੈਨੂੰ ਕਹਿੰਦੇ ਵੀ ਤੁਹਾਡੇ ਅਸੀਂ ਗਾਣੇ ਕਰਨੇ, ਮੈਂ ਕਿਹਾ ਜੀ ਕਰ ਲਓ, ਅਤੇ ਉਹ ਮੈਨੂੰ ਸੁਰਿੰਦਰ ਬੱਚਨ ਕੋਲ ਲੈ ਗਏ, ਅਤੇ ਸੁਰਿੰਦਰ ਬੱਚਨ ਕੋਲ ਲੈ ਗਏ ਉੱਥੇ ਆਪਣਾ ਪੱਟੀ ਭੜੀ ਵਾਲਾ ਜੀ, ਔਰ ਆਪਣਾ ਜਿਹਨੇ ਪੱਟੀ ਨੇ ਲਿਖਿਆ ਹੋਇਆ ਗਾਣਾ ਜੀ, ਉੱਥੇ ਅਸੀਂ ਗਾਣੇ ਗੁਣੇ ਸੁਣਾਏ ਉਹਨਾਂ ਨੂੰ, ਗਾਣੇ ਸੁਣਾ ਕੇ ਉਹ ਕਹਿੰਦੇ ਜੀ ਕਰੋ ਜੀ ਐਲਬਮ ਇਹਨਾਂ ਦੀ, ਅਤੇ ਉੱਥੇ ਜਿਹੜੀ ਐਲਬਮ ਬਣੀ ਸੀ ਉਹ ਪਤਾ ਕਿਹੜੀ ਸੀ ਜੀ? ਯਾਦਾਂ ਤੇਰੀਆਂ। ਯਾਦਾਂ ਤੇਰੀਆਂ, ਯਾਦਾਂ ਤੇਰੀਆਂ ਉੱਥੇ ਅਸਲ 'ਚ ਸਟੂਡੀਓ ਦੇ ਵਿੱਚ ਹੀ ਕੰਪਨੀ ਨੇ ਸਿਲੈਕਟ ਕਰ ਲਈ ਸੀ ਜਦੋਂ ਸਾਡਾ ਮਿਊਜ਼ਿਕ ਬਣਦਾ ਸੀਗਾ ਜੀ, ਅਤੇ ਉਹ ਕਹਿਣ ਲੱਗੇ ਵੀ ਇਹ ਕਿਹਨੇ ਗਾਇਆ, ਉਹ ਕਹਿਣ ਲੱਗੇ ਜੀ ਨਵਾਂ ਜੀ, ਅਤੇ ਉਹਨਾਂ ਦਿਨਾਂ 'ਚ ਬੱਬੂ ਮਾਨ ਦੀ ਟੇਪ ਬਹੁਤ ਚੱਲੀ ਸੀਗੀ, ਨੀਂਦਰਾਂ ਵਾਲੀ ਨੀਂਦਾਂ, ਹਾਂ, ਬਸ ਲੇਟੈਸਟ ਆਈ ਸੀਗੀ ਉਹਦੀ 99 'ਚ ਆਈ ਸੀ, ਮੇਰੀ 2000 'ਚ ਜੀ, ਉਹ 99 'ਚ ਸਾਡੀ ਰਿਕਾਰਡਿੰਗ ਚੱਲਦੀ ਸੀਗੀ,
ਤੇ ਉਹਨਾਂ ਨੂੰ ਕਿਤੇ ਚਾਹੀਦਾ ਸੀ ਇੱਦਾਂ ਦਾ ਮਾਹੌਲ। ਪਹਿਲਾਂ ਬੱਬੂ ਤੋਂ ਪਹਿਲਾਂ ਮਤਲਬ ਜਿਹੜੀ ਚੱਲਦੀ ਸੀ ਇੰਡਸਟਰੀ ਦੇ ਵਿੱਚ ਉਹ ਰੋਣੇ ਧੋਣੇ ਵਾਲੇ ਗੀਤ ਚੱਲਦੇ ਸੀਗੇ, ਤੇਰੇ ਤੈਨੂੰ ਦਿਲ ਦੇ ਖੂਨ ਦੀ ਮਹਿੰਦੀ ਵਰਗੇ ਜਿਹੜੇ ਲੋਕਲ ਮਿੰਨੀ ਬੱਸਾਂ 'ਚ ਵੱਜਦੇ ਹੁੰਦੇ ਤੇ ਉੱਥੋਂ ਫਿਰ ਟ੍ਰੈਂਡ ਜਿਹੜਾ ਬੱਬੂ ਨੇ ਚੇਂਜ ਕਰਤਾ ਉਹ ਗਾਣਾ ਨੀਂਦਰਾਂ ਆ ਗਏ ਪਿੰਡ ਪਹਿਰਾ ਲੱਗਦਾ ਇੱਦਾਂ ਦੇ ਸੱਜਣ ਰੁਮਾਲ ਦੇ ਗਿਆ, ਕਾਫੀ ਪਾਪੂਲਰ ਰਹੇ ਗਾਣੇ ਤੇ ਉਹ ਕੰਪਨੀਆਂ ਨੂੰ ਕਰੇਜ਼ ਹੋ ਗਿਆ ਉਸ ਚੀਜ਼ ਦਾ। ਕੁਦਰਤੀ ਸਾਡਾ ਗਾਣਾ ਯਾਦਾਂ ਤੇਰੀਆਂ ਵੀ ਉੱਦਾਂ ਦਾ ਸੀਗਾ ਜੀ, ਕੰਪਨੀ ਨੇ ਮੈਗਨਾ ਸਾਊਂਡ ਦੇ ਕੋਈ ਮਤਲਬ ਇੱਧਰ ਆਪਣੇ ਜੈਜੀ ਬੈਂਸ ਦਾ ਵੀ ਗਾਣਾ ਘੁੱਗੀਆਂ ਦਾ ਜੋੜਾ ਵੀ ਸ਼ਾਇਦ ਉਦੋਂ ਕੀ ਉਦੋਂ ਕੀ ਕਿਤੇ ਲੱਗਦਾ ਨਹੀਂ, ਉਹ ਪਹਿਲਾਂ ਆਇਆ ਹੋਇਆ ਸੀ, ਪਹਿਲਾਂ ਆਇਆ ਉਹ ਪਹਿਲਾਂ ਆਇਆ ਸੀ ਜੈਜੀ ਬੈਂਸ ਸਭ ਤੋਂ ਪਹਿਲਾਂ ਦਾ, ਉਸ ਤੋਂ ਉਹਨੇ ਟ੍ਰੇਨ ਕੀਤਾ ਉਹ ਘਰ ਜੈਜੀ ਦਾ ਸਟਾਈਲ ਹੀ ਅਲੱਗ ਸੀਗਾ, ਸਟਾਈਲ ਹੀ ਟੋਟਲ ਅਲੱਗ ਉਹਦਾ ਸਟਾਈਲ ਹੀ ਅਲੱਗ ਸੀਗਾ, ਉਹ ਤਾਂ ਮਤਲਬ ਉਹ ਰੋਣੇ ਧੋਣੇ ਵਾਲੇ ਪਾਸੇ ਪਏ ਹੀ ਨਹੀਂ ਨਾ ਹੈਗਾ, ਅਸੀਂ ਤਾਂ ਚੱਲ ਫਿਰ ਪੰਗੇ ਪੁੰਗੇ ਲਈ ਜਾਂਦੇ ਸੀਗੇ ਵੀ ਇੱਦਾਂ ਦਾ ਗਾ ਲਈਏ ਉੱਦਾਂ ਦਾ ਗਾ ਲਈਏ। ਮਤਲਬ ਜੀ ਉੱਥੋਂ ਉਹ ਕੈਸਟ ਸਾਡੀ ਮਤਲਬ ਸਿਲੈਕਟ ਹੋ ਗਈ ਵੀ ਆਪਣਾ ਜਿਹੜਾ ਇੱਧਰ ਆਪਣੇ ਨੌਰਥ ਇੰਡੀਆ ਦਾ ਉਹਨਾਂ ਨੇ ਲਾਇਆ ਆਪਣਾ ਬੰਦਾ ਇੰਚਾਰਜ, ਉਹ ਸੀਗਾ ਕੁਨਾਲ ਸਰੀਨ ਜੀ, ਉਹ ਕਿਤੇ ਆਇਆ ਸਟੂਡੀਓ ਦੇ ਵਿੱਚ, ਉਹ ਕਹਿਣ ਲੱਗਾ ਵੀ ਕਿਹਨੇ ਗਾਇਆ ਇਹ, ਇਹ ਕੈਸਟ ਸਾਨੂੰ ਦੇ ਦਿਓ ਜੀ। ਉਹ ਕੈਸਟ ਸਾਡੀ ਉੱਥੇ ਹੀ ਵਿਕ ਗਈ ਜੀ, ਅਤੇ ਫਿਰ ਉਹਨਾਂ ਨੇ ਜਿਹੜਾ ਸ਼ੂਟ ਦਾ ਰੱਖਿਆ ਉਹ ਬੰਬੇ ਰੱਖਿਆ ਜੀ, ਸ਼ੂਟ ਦੇ ਵਿੱਚ ਦਿਵਿਆ ਦੱਤਾ ਨਾਲ ਸੀ ਕਿਤੇ, ਉਹ ਸਾਡੇ ਵਾਸਤੇ ਬਹੁਤ ਵੱਡੀ ਓਪਰਚੁਨਿਟੀ ਸੀ ਜੀ ਜੀ, ਕਿਉਂਕਿ ਮੈਂ ਪਹਿਲੀ ਵਾਰੀ ਕੈਮਰਾ ਫੇਸ ਕਰਦਾ ਸੀ, ਉਹ ਤੁਹਾਡੀ ਪਹਿਲੀ ਐਲਬਮ ਜਿਹੜੀ ਮੇਰੀ ਪਹਿਲੀ ਐਲਬਮ ਸੀ ਯਾਦਾਂ ਤੇਰੀ, ਯਾਦਾਂ ਤੇਰੀ, ਉਹਦੇ ਵਿੱਚ ਦਿਵਿਆ ਦੱਤਾ ਉਹਦਾ ਮੈਂ ਚਾਹੁੰਦਾ ਵੀ ਤੁਸੀਂ ਦੋ ਬੋਲ ਤੁਸੀਂ ਮੈਂ ਸੁਣਾ ਦੂੰਗਾ। ਨੀਸਾ ਨੀ ਸਾਰੇ ਸਾਰੇ ਮਸਾਰੇ ਸਾਨੀ, ਨੀਸਾ ਨੀ ਸਾਰੇ ਸਾਰੇ ਮਸਾ, ਯਾਦਾਂ ਤੇਰੀਆਂ ਸੋਹਣਿਆ ਯਾਦਾਂ ਤੇਰੀਆਂ, ਤਰਸੋਂਦੀਆਂ ਨੇ ਤੜਫੋਂਦੀਆਂ ਨੇ ਰੁਲਾਉਂਦੀਆਂ ਨੇ, ਹਾਏ ਯਾਦਾਂ ਤੇਰੀਆਂ ਸੋਹਣਿਆ ਯਾਦਾਂ ਤੇਰੀਆਂ। ਬਹੁਤ ਵਧੀਆ ਸਰ, ਇਹ ਗਾਣਾ ਉਦੋਂ ਕਾਫੀ ਚੱਲਿਆ ਸੀਗਾ, ਇਹ ਬਹੁਤ ਪਾਪੂਲਰ, ਬਹੁਤ ਪਾਪੂਲਰ ਗਾਣਾ ਹੋਇਆ ਸੀਗਾ। ਹਾਂਜੀ, ਇੱਕ ਚੀਜ਼ ਸਰ ਮੈਂ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਸੀਗਾ ਕਿ ਬਿੱਲ ਸਿੰਘ ਪਹਿਲੀ ਵਾਰੀ ਯਾਦਾਂ ਤੇਰੀਆਂ ਗਾਣੇ ਦੇ ਨਾਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੰਟਰੋਡਿਊਸ ਹੋਇਆ ਸੀਗਾ, ਹਾਂਜੀ, ਤੇ ਅਸਲੀ ਨਾਮ ਕੀ ਸੀਗਾ ਔਰ ਬਿੱਲ ਸਿੰਘ ਕਿੱਦਾਂ ਬਣਿਆ? ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਤੇ ਅਸਲੀ ਨਾਮ ਜਦੋਂ ਮੈਗਨਾ ਸਾਊਂਡ ਨਾ ਕੰਪਨੀ ਬਹੁਤ ਵੱਡੀ ਹੈ, ਮੈਗਨਾ ਸਾਊਂਡ ਉਦੋਂ ਕਾਫੀ ਚੱਲ ਰਿਹਾ, ਬਹੁਤ ਚੱਲਦੀ ਸੀ, ਉੱਥੋਂ ਦਲੇਰ ਭਾਜੀ ਦਾ ਗਾਣਾ ਰਿਲੀਜ਼ ਹੋਇਆ ਸੀਗਾ ਬੋਲੋ ਤਾਰਾ ਰਾਰਾ, ਬੋਲੋ ਤਾਰਾ ਰਾਰਾ, ਉਹ ਕੰਪਨੀ ਦਾ ਨਾਮ ਹੀ ਬਹੁਤ ਬਣ ਗਿਆ ਸੀਗਾ, ਉੱਥੇ ਮਤਲਬ ਹਰ ਇੱਕ ਆਰਟਿਸਟ ਦੀ ਇੱਕ ਟਾਰਗੇਟ ਹੁੰਦਾ ਸੀਗਾ ਕਿ ਯਾਰ ਉਸ ਕੰਪਨੀ 'ਚ ਰਿਲੀਜ਼ ਹੋਈ ਹੈ ਜੀ ਜੀ, ਕਿਉਂਕਿ ਬਹੁਤ ਵੱਡਾ ਨਾਮ ਬਣ ਗਿਆ ਸੀਗਾ, ਅਤੇ ਸਾਨੂੰ ਕੁਦਰਤੀ ਮੌਕਾ ਮਿਲ ਗਿਆ, ਸਾਡਾ ਲੱਕ ਕਹਿ ਲਓ ਜੀ ਜੀ, ਅਤੇ ਸਾਡੀ ਕੈਸਟ ਉੱਥੇ ਚਲੇ ਗਈ ਅਤੇ ਸਾਨੂੰ ਉਹ ਕਹਿਣ ਲੱਗੇ ਵੀ ਤੁਹਾਡਾ ਨਾਮ ਆਪਾਂ ਚੇਂਜ ਕਰ, ਮੈਂ ਕਿਹਾ ਜੀ ਮੈਨੂੰ ਬੋਲੀਆਂ ਵਾਲਾ ਬੱਲੀ ਕਹਿੰਦੇ ਹੈ, ਅਤੇ ਤੁਸੀਂ ਕੋਈ ਨਾਮ ਚੇਂਜ ਕਰਕੇ ਰੱਖਣਾ ਤਾਂ ਤੁਹਾਡੀ ਮਰਜ਼ੀ ਹੈ ਜੀ। ਉਹ ਕਹਿੰਦੇ ਜੀ ਵੀ ਨਾਮ ਚੇਂਜ ਕਰਦੇ ਹਾਂ ਅਸੀਂ ਸੋਚ ਕੇ ਵੀ, ਤੁਸੀਂ ਸ਼ੂਟ ਕਰੋ ਹੈ ਨਾ ਵੀ, ਫਿਰ ਆਪਾਂ ਪ੍ਰੋਗਰਾਮ ਬਣਾ ਲੈਂਦੇ ਵੀ ਨਾਮ ਦਾ ਵੀ ਨਾਮ ਕਿਆ। ਉਹਨਾਂ ਨੇ ਇੱਕ ਡੇਟ ਕੱਢੀ ਹੋਈ ਸੀ ਕਿ ਇਹ ਕੈਸਟ ਕਦੋਂ ਰਿਲੀਜ਼ ਕਰਨੀ ਹੈ ਜੀ, ਉਹ ਸੀਗੀ 18 ਮਾਰਚ 2002, ਹਾਂਜੀ 18 ਮਾਰਚ 2000 ਨੂੰ ਰਿਲੀਜ਼ ਕਰਨੀ ਸੀਗੀ ਜੀ, ਅਤੇ 18 ਮਾਰਚ 2000 ਨੂੰ ਹੀ ਆ ਰਿਹਾ ਸੀਗਾ ਬਿਲ ਕਲਿੰਟਨ, ਰਾਸ਼ਟਰਪਤੀ ਆਫ ਅਮੈਰੀਕਾ ਜੀ ਜੀ ਜੀ, ਉਹ ਆ ਰਿਹਾ ਸੀਗਾ ਇੰਡੀਆ, ਅਤੇ ਉਹਨਾਂ ਨੇ ਕਿਹਾ ਵੀ ਯਾਰ ਬੱਲੀ ਬਲਵਿੰਦਰ ਵੀ ਕਿਉਂ ਨਾ ਆਪਾਂ ਉਹਦਾ ਨਾਮ ਬਿੱਲ ਸਿੰਘ ਰੱਖ ਦਈਏ। ਅੱਛਾ, ਮੈਂ ਕਿਹਾ ਮੈਨੂੰ ਤਾਂ ਖੈਰ ਉਹਦਾ ਨਾਮ ਦਾ ਪੂਰਾ ਮਤਲਬ ਹੀ ਨਹੀਂ ਸੀ ਪਤਾ ਵੀ ਕਿਉਂ ਰੱਖਿਆ ਇਹਨਾਂ ਨੇ, ਕਿਉਂ ਮਤਲਬ ਇਹਨਾਂ ਛੋਟਾ ਨਾਮ, ਮਤਲਬ ਜਦਕਿ ਇੱਦਾਂ ਦਾ ਨਾਮ ਕਲਾਕਾਰਾਂ ਦਾ ਨਹੀਂ ਹੁੰਦਾ, ਨਹੀਂ ਹੁੰਦਾ ਜੀ ਜੀ, ਅਤੇ ਮੈਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜੀ, ਮੈਂ ਕਿਹਾ ਪਤਾ ਨਹੀਂ ਸੋਚ ਕੇ ਹੀ ਰੱਖਿਆ ਹੋਊਗਾ ਕੁਛ, ਉਹ ਕਹਿੰਦੇ ਜੀ ਤੁਹਾਡਾ ਨਾਮ ਬਿੱਲ ਸਿੰਘ ਰੱਖ ਦਿੰਦੇ ਅਸੀਂ, ਮੈਂ ਕਿਹਾ ਜੀ ਰੱਖ ਦਿਉ, ਅਤੇ ਉਹਨਾਂ ਨੂੰ ਰੱਖ ਦਿੱਤਾ ਜੀ, ਉਹ ਨਾਮ ਹੀ ਇੰਨਾ ਚੱਲਿਆ ਜੀ, ਇੱਥੇ ਜਿੰਨੇ ਆਰਟਿਸਟ ਕੋਈ ਪੁਰਾਣੇ ਨਵੇਂ ਸਭ ਨੇ ਆਪਣੇ ਨਾਮ ਦੇ ਨਾਲ ਛੋਟਾ ਨਾਮ ਕੱਢਣਾ, ਛੋਟਾ ਚੱਲ ਸਿੰਘ ਛੋਟਾ ਨਾਮ ਕੱਢਣਾ, ਉਹ ਨਾਮ ਹੀ ਚੱਲ ਗਿਆ, ਨਾਮ ਹੀ ਚੱਲ ਗਿਆ, ਬਹੁਤ ਨਾਮ ਰੱਖੇ ਗਏ ਇੱਥੇ ਸਿੰਘ ਸਿੰਘ ਨਾਲ, ਛੋਟਾ ਨਾਮ ਕੱਢਣਾ ਜਿਵੇਂ ਡੋਲੀ ਸਿੰਘ ਜੀ ਜੀ ਜੀ, ਠੀਕ ਹੈ ਨਾ, ਬੋਬੀ ਸਿੰਘ, ਮਿੱਕੀ ਸਿੰਘ ਜੀ, ਮਤਲਬ ਕਿੰਨੇ ਹੀ ਨਾਮ ਐਸੇ ਆਏ ਹੈ ਬੇਹਿਸਾਬ ਨਾਮ ਸੀਗੇ ਜਿਨ੍ਹਾਂ ਦੇ ਨਾਲ ਸਿੰਘ ਲਾਇਆ ਸੀ ਛੋਟਾ ਨਾਮ ਜੀ, ਬਾਕੀ ਕਈ ਕਈ ਬੰਦੇ ਤਾਂ ਜਿੱਦਾਂ ਸਤਾਏ ਹੋਏ ਹੁੰਦੇ ਆ ਪ੍ਰੈਸ ਵਾਲੇ, ਉਹ ਬੰਦਿਆਂ ਨੇ ਇਸ ਨਾਮ ਦਾ ਮਜ਼ਾਕ ਵੀ ਉਡਾਇਆ ਜੀ। ਇੱਕ ਵਾਰੀ ਮੇਰੀ ਦਿੱਲੀ ਪ੍ਰੈਸ ਕਾਨਫਰੰਸ ਸੀਗੀ ਸੈਕਿੰਡ ਟੇਪ ਦੀ, ਜੁਦਾਈਆਂ ਟੇਪ ਦੀ ਸੀਗੀ, ਅਸੀਂ ਉੱਥੇ ਗਏ, ਮੈਂ ਕੁਦਰਤੀ ਤਾਰਾ ਚੈਨਲ ਦੇ ਉੱਤੇ ਮੈਂ ਅਤੇ ਰਿਚਾ ਸ਼ਰਮਾ ਜੀ ਜੱਜਮੈਂਟ ਦੇ ਰਹੇ ਸੀਗੇ ਜੀ, ਮੈਂ ਲੇਟ ਹੋ ਗਿਆ ਉੱਥੋਂ, ਅਤੇ ਜਦ ਦਿੱਲੀ ਦੇ ਹਾਲਾਤ ਵੀ ਮਾੜੇ ਸੀਗੇ ਟ੍ਰੈਫਿਕ ਦੇ ਮਾਮਲੇ ਜੀ ਜੀ, ਮੈਂ ਲੇਟ ਹੋ ਗਿਆ, ਅਤੇ ਮੈਂ ਅਸ਼ੋਕਾ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ, ਉੱਥੇ ਪੱਤਰਕਾਰ ਮੇਰੀ ਵੇਟ ਕਰਦੇ ਸੀਗੇ, ਅਤੇ ਨਾਮ ਚਲੋ ਮੇਰਾ ਕਾਫੀ ਸੀਗਾ ਉਸ ਵਕਤ, ਵੇਟ ਉਹਨਾਂ ਨੂੰ ਕਰਨੀ ਪੈਣੀ ਸੀ ਜੀ ਜੀ, ਕਿਉਂਕਿ ਉਹਨਾਂ ਨੇ ਕਵਰੇਜ ਕਰਨੀ ਸੀ ਮੇਰੀ ਜੀ ਜੀ ਜੀ, ਪਰ ਮੈਂ ਜਾਣ ਬੁੱਝ ਕੇ ਲੇਟ ਨਹੀਂ ਸੀ ਹੋਇਆ, ਕਿਉਂਕਿ ਦਿੱਲੀ ਦੀ ਟ੍ਰੈਫਿਕ ਲੇਟ ਕਰਤਾ, ਅਤੇ ਉੱਧਰ ਇੱਕ ਚੈਨਲ ਤੋਂ ਥੋੜ੍ਹਾ ਜਿਹਾ ਲੇਟ ਛੁੱਟੇ ਜੀ,
ਉੱਥੇ ਮੈਨੂੰ ਪੱਤਰਕਾਰ ਇੱਕ ਕਲਪਿਆ ਪਿਆ ਜਦੋਂ ਮੈਂ ਗਿਆ ਮੈਂ ਹੱਥ ਜੋੜ ਕੇ ਮਾਫ਼ੀ ਮੰਗੀ ਵੀ ਬਾਈ ਮੈਂ ਮਾਫ਼ੀ ਚਾਹੁੰਦਾ ਵੀ ਲੇਟ ਹੈ ਅਤੇ ਕਹਿੰਦਾ ਯਾਰ ਤੇਰਾ ਨਾਮ ਬਿਲ ਸਿੰਘ ਕਿਹਨੇ ਰੱਖਿਆ ਮੈਂ ਕਿਹਾ ਸਰ ਤੁਹਾਨੂੰ ਚੰਗਾ ਨਹੀਂ ਲੱਗਿਆ ਕਹਾਂ ਨਹੀਂ ਮੈਂ ਚੰਗੇ ਦੀ ਗੱਲ ਨਹੀਂ ਮੈਂ ਕਿਹਾ ਬਿਲ ਤਾਂ ਚੂਹੇ ਦੀ ਖੁੱਡ ਨੂੰ ਕਹਿੰਦੇ ਮੈਂ ਕਿਹਾ ਜੀ ਬਿਲਕੁਲ ਤੁਸੀਂ ਸਹੀ ਕਿਹਾ ਤੁਹਾਡੇ ਮੁਤਾਬਕ ਹੋ ਸਕਦਾ ਉਹੀ ਹੋਵੇ ਨਾਮ ਮੇਰਾ ਪਰ ਮੈਂ ਕਿਹਾ ਜੇ ਇਸ ਨੂੰ ਪੋਜ਼ੀਟਿਵ ਥਿੰਕ ਨਾਲ ਸੋਚੀਏ ਅਸੀਂ ਤਾਂ ਤੁਸੀਂ ਇਹ ਵੀ ਸੋਚ ਸਕਦੇ ਵੀ ਬਿਲ ਕਲਿੰਟਨ ਰਾਸ਼ਟਰਪਤੀ ਆਫ ਅਮੈਰੀਕਾ ਬਿਲ ਗੇਟਸ ਕੰਪਿਊਟਰ ਦੀ ਦੁਨੀਆ ਦਾ ਬਾਦਸ਼ਾਹ ਅਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਸੀ ਜੀ ਇਹ ਹੁਣ ਉਹਨਾਂ ਨੂੰ ਵੀ ਚੂਹੇ ਦੀ ਖੁੱਡ ਕਹਿ ਦਿੰਦਾ ਮੈਂ ਕਿਹਾ ਅਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਵੀ ਇੱਕ ਬਿਲ ਸਿੰਘ ਤੁਹਾਡੇ ਇੰਡੀਆ ਦਾ ਜੀ ਉਹ ਆਰਟਿਸਟ ਹੈ ਤੁਹਾਡਾ ਮਨੋਰੰਜਨ ਕਰਦਾ ਜੀ ਬਾਕੀ ਮਾਂ ਮੈਨੂੰ ਤੁਹਾਡੀ ਗੱਲ ਦਾ ਗੁੱਸਾ ਨਹੀਂ ਹੈ ਮੈਨੂੰ ਸਭ ਕੁਝ ਜ਼ਰੂਰ ਮਿਲ ਗਿਆ ਇਸ ਗੱਲ ਦਾ ਨਾਮ ਨਾਮ ਤਾਂ ਸਭ ਦੇ ਕਿਸੇ ਨਾ ਕਿਸੇ ਦੇ ਨਾਲ ਪਿੱਛੇ ਪਿੱਛੇ ਕੁਛ ਨਾ ਕੁਛ ਲੱਗਿਆ ਵੀ ਹੁੰਦਾ ਉਹ ਤਾਂ ਬੁਰਾ ਸੋਚਦੇ ਹੀ ਬੁਰਾ ਸੋਚਣ ਵਾਲੀ ਦੀ ਆਪਣੀ ਸੋਚ ਹੈ ਚੰਗਾ ਸੋਚਣ ਵਾਲੇ ਨੇ ਆਪਣਾ ਸੋਚਣਾ ਬਾਕੀ ਕੋਈ ਨਹੀਂ ਜੀ ਮੈਂ ਕਿਹਾ ਜੇ ਤੁਹਾਨੂੰ ਬੁਰਾ ਲੱਗਿਆ ਮੇਰਾ ਨਾਮ ਤਾਂ ਮੈਂ ਖੇਮਾਂ ਦਾ ਜੱਜ ਕਹਿਵੇਂ ਉਹ ਫਿਰ ਚੁੱਪ ਕਰ ਗਿਆ ਉਹਨੇ ਮੁੜ ਕੇ ਕੋਈ ਕੁਐਸਚਨ ਨਹੀਂ ਕੀਤਾ ਜੀ ਜੀ ਬਾਕੀ ਹੋਰ ਪੱਤਰਕਾਰ ਵਿਚਾਰੇ ਉਤਾਵਲੇ ਸੀਗੇ ਗੱਲਬਾਤ ਕਰਨ ਨੂੰ ਕਈ ਹੁੰਦੇ ਕ੍ਰੇਜ਼ੀ ਵੀ ਹੁੰਦੇ ਜਿਨ੍ਹਾਂ ਨੇ ਆਪਣੇ ਪੇਪਰ 'ਚ ਪ੍ਰਿੰਟ ਮੀਡੀਆ 'ਚ ਜਾਂ ਆਪਣੇ ਇਲੈਕਟ੍ਰਿਕ ਮੀਡੀਆ 'ਚ ਚਲਾਉਣਾ ਹੁੰਦਾ ਉਹ ਬੜੇ ਬੜੇ ਸਵਾਲ ਅੱਛੇ ਉਦੋਂ ਜ਼ਿਆਦਾ ਪ੍ਰਿੰਟ ਮੀਡੀਆ ਹੁੰਦਾ ਸੀਗਾ ਜ਼ਿਆਦਾ ਪ੍ਰਿੰਟ ਮੀਡੀਆ ਹੁੰਦਾ ਸੀਗਾ ਹਾਂ ਸਹੀ ਬਿਲਕੁਲ ਇੱਕ ਸਰ ਜੀ ਮੈਨੂੰ ਹੋਰ ਦੱਸੋ ਕਿ ਤੁਸੀਂ ਇੱਕ ਗਾਣਾ ਤੁਹਾਡਾ ਆਇਆ ਸੀਗਾ ਪੇਸ਼ੀ ਹਾਂਜੀ ਹਨੀ ਸਿੰਘ ਦੇ ਨਾਲ ਹਾਂਜੀ ਇਹ ਪੂਰੀ ਸਟੋਰੀ ਕੀ ਹੈਗੀ ਹੈ ਤੁਸੀਂ ਹਨੀ ਸਿੰਘ ਦੇ ਨਾਲ ਇੰਟਰੋਡਿਊਸ ਕਿਵੇਂ ਹੋਏ ਹਨੀ ਸਿੰਘ ਨੂੰ ਸ਼ਾਇਦ ਉਹਦਾ ਪਹਿਲਾ ਗਾਣਾ ਹੀ ਸੀਗਾ ਸ਼ਾਇਦ ਹਨੀ ਸਿੰਘ ਦਾ ਉਹ ਜੀ ਸਰ ਇਹ ਸਹੀ ਗੱਲ ਹੈ ਮੇਰੇ ਕੋਲ 2003 ਦੇ ਵਿੱਚ ਅਨੂਪ ਲੈ ਕੇ ਆਇਆ ਸੀਗਾ ਹਨੀ ਸਿੰਘ ਅਨੂਪ ਮੇਰਾ ਮਿੱਤਰ ਸੀ ਜੀ ਹੁਣ ਵੀ ਮਿੱਤਰ ਹੈ ਜੀ ਮਤਲਬ ਅਨੂਪ ਉਹਨਾਂ ਦਿਨਾਂ 'ਚ ਈਵੈਂਟ ਕਰਦਾ ਹੁੰਦਾ ਸੀਗਾ ਜੀ ਅਤੇ ਈਵੈਂਟ ਦੇ ਵਿੱਚ ਸਾਨੂੰ ਪੰਜ ਚਾਰ ਆਰਟਿਸਟ ਹਰ ਬੰਦੇ ਨਾਲ ਜੁੜੇ ਹੋਏ ਹੁੰਦੇ ਹੈ ਜੀ ਅਤੇ ਅਨੂਪ ਮੇਰੇ ਕੋਲ ਲੈ ਕੇ ਆਇਆ ਵੀ ਯਾਰ ਇਹ ਮੁੰਡਾ ਫਰੈਸ਼ਰ ਹੈ ਅਤੇ ਮਿਊਜ਼ਿਕ ਕਰਨਾ ਇਹਨੇ ਜੀ ਹੁਣ ਫਰੈਸ਼ਰ ਦਾ ਮਤਲਬ ਹੁੰਦਾ ਹੁਣ ਅਸੀਂ ਅੱਜ ਵੀ ਸੋਚਦੇ ਜਦਕਿ ਕੰਪੀਟੀਸ਼ਨ ਇੰਨਾ ਹੈ ਜੀ ਫਰੈਸ਼ਰ ਤੋਂ ਹਰ ਇੱਕ ਬੰਦਾ ਥੋੜ੍ਹਾ ਜਿਹਾ ਡਰਦਾ ਹੁੰਦਾ ਕਿ ਵੀ ਪਤਾ ਨਹੀਂ ਕਿੱਦਾਂ ਦਾ ਕੰਮ ਕਰੂਗਾ ਜੀ ਅਤੇ ਉਹਨੂੰ ਮੈਂ ਕਿਹਾ ਵੀ ਤੁਸੀਂ ਇੱਦਾਂ ਕਰੋ ਅਨੂਪ ਜੀ ਵੀ ਇਹਨੂੰ ਛੱਡ ਜਾਓ ਮੇਰੇ ਕੋਲ ਮੈਂ ਕਿਹਾ ਬਾਅਦ ਵਿੱਚ ਗਾਣੇ ਗੁਣੇ ਸੁਣਾਉਂਦਾ ਕੁਛ ਇਹਨਾਂ ਤੋਂ ਸੁਣਦਾ ਮਤਲਬ ਥੋੜ੍ਹਾ ਜਿਹਾ ਇੱਕ ਦੂਸਰੇ ਬਾਰੇ ਜਾਣ ਪਛਾਣ ਤਾਂ ਕੱਢਣੀ ਪਊਗੀ ਵੀ ਕਿੰਨਾ ਕਿੰਨਾ ਕੁਛ ਕੋਈ ਕੰਮ ਕਾਰ ਕੁਛ ਕੀਤਾ ਹੋਇਆ ਵਾ ਵੀ ਹੈਗਾ ਕਿ ਨਹੀਂ ਜੀ ਅਤੇ ਉਹ ਹਨੀ ਸਿੰਘ ਮੇਰੇ ਕੋਲ ਸਵੇਰੇ 10 ਵਜੇ ਆ ਗਿਆ ਸ਼ਾਮ ਦੇ 4 ਵਜੇ ਤੱਕ ਮੈਂ ਉਹਦੀ ਬੱਤ ਨਹੀਂ ਪੁੱਛੀ ਜੀ ਕੁਛ ਤਾਂ ਉਹਨਾਂ ਦਿਨਾਂ ਵਿੱਚ ਰਸ਼ ਹੁੰਦਾ ਸੀਗਾ ਕੋਈ ਨਾ ਕੋਈ ਆ ਗਿਆ ਕੋਈ ਮਿਲ ਗਿਆ ਕੋਈ ਬੈਠ ਗਿਆ ਕੋਈ ਉਹ ਸ਼ਾਮ ਉਹਦੀ ਪੇਸ਼ੈਂਸ ਦੇਖੀ ਮੈਂ ਉਹ ਬੰਦੇ ਨੇ ਇੱਕ ਵਾਰੀ ਵੀ ਮੈਨੂੰ ਆ ਕੇ ਨਹੀਂ ਕਿਹਾ ਵੀ ਭਾਜੀ ਮੈਨੂੰ ਮੈਂ ਵੀ ਬੈਠਾ ਵੀ ਮੈਨੂੰ ਵੀ ਉਹਨੇ ਨਹੀਂ ਗੱਲ ਕਰੀ ਉਹ ਜਿੱਥੇ ਬੈਠਾ ਬੈਠਾ ਬਸ ਸ਼ਾਮ ਨੂੰ 4 ਕੁ ਵਜੇ ਮੈਂ ਕਿਹਾ ਵਾ ਆ ਜਾ ਯਾਰ ਆਪਾਂ ਹੁਣ ਬੈਠੇ ਵੀ ਹੁਣ ਆਉਣੇ ਜਾਣੇ ਵਾਲਿਆਂ ਦਾ ਸਿਲਸਿਲਾ ਖਤਮ ਹੈ ਜੀ ਅਤੇ ਮੈਂ ਕਿਹਾ ਲੈ ਐਂ ਕਰਦੇ ਹਾਂ ਅੱਜ ਆਪਾਂ ਇੱਕ ਮੈਟ ਜਿਹਾ ਕੱਢ ਕੇ ਵਿਛਾਉਂਦੇ ਬਾਹਰ ਸਰਦੀਆਂ ਜੀ ਦੇ ਦਿਨ 'ਤੇ ਮੈਂ ਕਿਹਾ ਬਾਹਰ ਆਪਾਂ ਛੱਤ 'ਤੇ ਹੀ ਬੈਠਦੇ ਹਾਂ ਜੀ ਅਤੇ ਮੈਂ ਹਾਰਮੋਨੀਅਮ ਰੱਖ ਲਿਆ ਆਪਣੇ ਕੋਲ ਮੈਂ ਕਿਹਾ ਲੈ ਤੂੰ ਚੱਕ ਕਾਪੀ ਔਰ ਪੈੱਨ ਅਤੇ ਮੈਨੂੰ ਦੇ ਹਾਰਮੋਨੀਅਮ ਮੈਂ ਤੈਨੂੰ ਸੁਣਾਉਂਦਾ ਗਾਣੇ ਜੀ ਮੈਂ ਨਹੀਂ ਤੇਰੀ ਕੁਆਲਿਟੀ ਪੁੱਛਣੀ ਵੀ ਤੇਰੇ 'ਚ ਕਿੰਨੇ ਕਿੰਨਾ ਤਾਂ ਕੰਮ ਕੀਤਾ ਕਿੰਨਾ ਨਹੀਂ ਅਨੂਪ ਛੱਡ ਕੇ ਗਿਆ ਕੋਈ ਗੱਲ ਨਹੀਂ ਤੂੰ ਕੰਮ ਕਰ ਉਸ ਵਕਤ ਮੈਂ ਉਸਨੂੰ ਕਿਹਾ ਕਿ ਗਾਣੇ ਮੈਂ ਸੁਣਾਉਂਦਾ ਜਾਊਂਗਾ ਮੇਰੇ ਯਾਦ ਕੋਈ ਨਹੀਂ ਰਹਿਣੇ ਬਾਅਦ ਵਿੱਚ ਜੀ ਵੀ ਮੈਂ ਤੈਨੂੰ ਕਿਹੜਾ ਸੁਣਾ ਤਿਆ ਕਿਹੜਾ ਨਹੀਂ ਸੁਣਾ ਤਾਂ ਬਾਅਦ 'ਚ ਕਿਤੇ ਉਹ ਕਰਕੇ ਕਹੂੰਗਾ ਮੈਨੂੰ ਨਹੀਂ ਯਾਦ ਆਉਣਾ ਇਹ ਕਾਪੀ ਦੇ ਉੱਪਰ ਗਾਣੇ ਦਾ ਨਾਮ ਲਿਖ ਲੈਣਾ ਜਿਹੜਾ ਵੀ ਸੁਣਾਉਣਾ ਔਰ ਉਸ ਤੋਂ ਬਾਅਦ ਉਹਨੂੰ ਜੇ ਬਹੁਤ ਅੱਛਾ ਹੈ ਤਾਂ ਵੈਰੀ ਗੁੱਡ ਲਿਖ ਲੈ ਜੇ ਥੋੜ੍ਹਾ ਜਿਹਾ ਘੱਟ ਹੈ ਸੋ ਲਿਖ ਲੈ ਜੇ ਨਹੀਂ ਤਾਂ ਕਾਟੀ ਮਾਰਦੀ ਜੇ ਤੈਨੂੰ ਕੋਈ ਵੀ ਪਸੰਦ ਨਾ ਆਇਆ ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਜੀ ਠੀਕ ਹੈ ਨਾ ਤੂੰ ਆਪਣੀ ਤਸੱਲੀ ਕਰਕੇ ਜਾਈ ਮੈਟਰ ਮੇਰੇ ਕੋਲ ਕਾਫੀ ਹੈਗਾ ਮੈਂ ਕਿਹਾ ਤੈਨੂੰ ਸੁਣਾ ਦੂੰਗਾ ਹਰ ਤਰ੍ਹਾਂ ਦਾ ਸੁਣਾ ਦੂੰਗਾ ਲਓ ਜੀ ਉਹ ਬੈਠਾ ਰਿਹਾ ਮੈਂ ਗਾਣੇ ਸੁਣਾਉਂਦਾ ਰਿਹਾ ਉਹ ਕਰਦਾ ਰਿਹਾ ਜੀ ਆਪਣੀ ਨਿਕਤਾ ਚੁੰਨੀ ਵਿੱਚ ਜਿਹੜੀ ਕਰਨੀ ਜੀ ਕਹਿੰਦੇ ਮੈਂ 25 ਗਾਣੇ ਸੁਣਾਏ ਜੀ 25 ਗਾਣੇ ਹੋ ਗਏ ਮੈਂ ਕਿਹਾ ਭਰਾਵਾ ਕੋਈ ਪਸੰਦ ਆਇਆ ਕਿ ਨਹੀਂ ਕਹਿੰਦਾ ਮੈਨੂੰ ਤਾਂ ਜੀ ਸਾਰੇ ਪਸੰਦ ਆ ਗਏ ਅਮਰੀਕਾ ਤੇ ਸੰਗੀ ਵਿੱਚ ਸਾਹ ਘੁੱਟਿਆ ਮੈਂ ਕਿਹਾ ਮੈਂ ਸੁਕਾਈ ਹੈ ਸੰਗੀ ਮੇਰੀ ਵੀ ਮੈਨੂੰ ਦੱਸ ਤਾਂ ਦੇ ਵੀ ਇੰਨੇ ਕਿੰਨੇ ਆਪਾਂ ਨੇ 100 ਸੈਕੜਾ ਪੂਰਾ ਕਰਨਾ ਹੈ 25 ਹੋ ਗਏ 8-10 ਗਾਣੇ ਕਰਨੇ ਆਪਾਂ ਨੇ ਇਹਨਾਂ 'ਚ ਨਿਕਲ ਜੂੰਗੇ ਕਹਿੰਦਾ ਨਿਕਲ ਜੂੰਗੇ ਜੀ ਫਿਰ ਕਹਿੰਦਾ ਔਖਾ ਹੋ ਗਿਆ ਜੀ ਫੈਸਲਾ ਕਰਨਾ ਵੀ ਕਿਹੜਾ ਗਾਣਾ ਕਰੀਏ ਇਹਨਾਂ 'ਚ ਤੇ ਮੈਂ ਹੁਣ ਤੇਰਾ ਕੰਮ ਹੈ ਹੁਣ ਟੇਪ ਰਿਕਾਰਡ ਲੈ ਆਈ ਅਗਲੀ ਵਾਰੀ ਰਿਕਾਰਡਰ ਜਿਹਾ ਹੁੰਦਾ ਜਿਹੜਾ ਛੋਟਾ ਜਿਹਾ ਉਹਦੇ 'ਚ ਭਰ ਲਏ ਜੀ ਮੈਂ ਇੱਕ ਵਾਰੀ ਫਿਰ ਬੈਠ ਜਾਵਾਂਗੇ ਮਤਲਬ ਉਸਨੇ ਮਹੀਨਾ ਜੀ ਮੇਰੇ ਕੋਲ ਪੂਰਾ ਲਾਇਆ ਜੀ ਪੂਰੇ ਮਹੀਨੇ ਦੇ ਵਿੱਚ ਫਿਰ ਉਹ ਪੂਰੀ ਤਿਆਰੀ ਕਰਕੇ ਫਿਰ ਆਇਆ ਕਹਿੰਦਾ ਚਲੋ ਜੀ ਰਿਕਾਰਡਿੰਗ ਕਰੀਏ ਜੀ ਰਿਕਾਰਡਿੰਗ ਕੀਤੀ ਅਸੀਂ ਰਾਤ ਦੇ 2:30 ਵਜੇ ਤੱਕ ਸਵੇਰ ਦੇ 10 ਵਜੇ ਦੇ ਬੜੇ ਹੋਏ ਫਾਈਨਲ ਰਿਕਾਰਡਿੰਗ ਕਰਕੇ ਮੇਰੀ ਵੋਕਲ ਲੈ ਗਿਆ ਜੀ ਮਿਊਜ਼ਿਕ ਬਣਾ ਕੇ ਲਿਆ ਮਿਊਜ਼ਿਕ ਸੁਣਿਆ ਮਿਊਜ਼ਿਕ ਸਾਡੇ ਉਹਦੇ 'ਤੇ ਬਾਹਰ ਹੀ ਨਿਕਲ ਗਿਆ ਜੀ
ਯਾਰ ਇਹ ਮਿਊਜ਼ਿਕ ਕਿੱਦਾਂ ਦਾ ਕਰਕੇ ਲਿਆਇਆ, ਇਹ ਤਾਂ ਕਦੀ ਮਿਊਜ਼ਿਕ ਨਹੀਂ ਸੁਣਿਆ ਸੀ ਜੀ। ਇੰਨਾ ਹੈਵੀ, ਇੰਨਾ ਡੈਫਥ ਉਹਦੇ ਵਿੱਚ, ਅਤੇ ਅਸੀਂ ਸੁਣੇ ਕਰੀਏ। ਫਿਰ ਮੈਂ ਕਿਹਾ ਮੈਂ ਕਿਹਾ ਯਾਰ ਕਿਤੇ ਮੇਰੀ ਸੋਚ ਊਈ ਨਾ ਕਿਤੇ ਇੱਥੇ ਖੜੇ ਰਹੇ, ਮੈਨੂੰ ਆਪਣੀ ਆਵਾਜ਼ ਚੰਗੀ ਲੱਗਦੀ ਹੋਵੇ ਜੀ ਜੀ, ਟੋਨ ਟੂਨ ਅੱਛਾ ਕਰਿਆ ਹੋਇਆ ਸੀਗਾ। ਅੱਛਾ ਹੋਰ ਸੁਣੋ, ਉਹ ਸਾਡੀ ਟੇਬਲ ਕਰਦਾ ਜਿਹੜਾ ਚੱਲੇ, ਅੱਛਾ ਉਹਦੇ 'ਚ ਤਾਂ ਜਿਹੜੇ ਜਿਵੇਂ ਹੁਣ ਨਹੀਂ ਵੱਡੇ ਮਿਊਜ਼ਿਕ ਵਾਲਾ ਕੋਈ ਗਾਣਾ ਆਪਾਂ ਕਿਤੇ ਚਲਾ ਲਈਏ ਛੋਟੇ ਸਪੀਕਰਾਂ 'ਚ, ਉਹਦੇ ਸਪੀਕਰ ਮੈਂ ਅਨੂਪ ਨੂੰ ਕਿਹਾ, ਮੈਂ ਅਨੂਪ ਯਾਰ ਐਂ ਕਰ ਵੀ ਇਹਦੇ ਗਾਣੇ ਸੁਣਨ ਵਾਸਤੇ ਕੋਈ ਲਹਿਦੀ ਚੀਜ਼ ਲਿਆ ਜਿਹੜੀ ਵਿੱਚ ਨੂੰ ਸੁਣ ਵੀ ਆਵਾਜ਼ ਵੀ ਸੁਣੇ ਅਤੇ ਮਿਊਜ਼ਿਕ ਵੀ ਸੁਣੇ। ਇਹਦੇ ਵਿੱਚ ਤਾਂ ਜਾਂ ਮਿਊਜ਼ਿਕ ਸੁਣਦਾ ਜਾਂ ਜੇ ਬੰਦ ਕਰ ਦਿੰਦੇ ਬੇਸ ਤਾਂ ਆਵਾਜ਼ ਸੁਣਦੀ ਹੈ, ਆਵਾਜ਼ ਸੁਣਦੀ ਕੱਲੀ। ਫਿਰ ਇੱਦਾਂ ਤਾਂ ਨਹੀਂ ਚੱਲਣਾ। ਫਿਰ ਗੱਡੀ ਲੈ ਕੇ ਆਏ ਘਰੇ, ਅਨੂਪ ਕੋਲ ਗੱਡੀ ਸੀਗੀ, ਉਹਦੇ ਵਿੱਚ ਸਪੀਕਰ ਸਿਸਟਮ ਲੱਗਿਆ ਹੋਇਆ ਸੀ। ਫਿਰ ਮੈਨੂੰ ਸੁਣਾਉਣ ਆਏ ਜੀ। ਫਿਰ ਮੈਂ ਕਿਹਾ ਵੀ ਹੁਣ ਤਸੱਲੀ ਹੋ ਗਈ, ਗੇਟ ਦੇ ਮੂਹਰੇ ਲਾ ਕੇ ਗੱਡੀ ਅਸੀਂ ਸੁਣਿਆ। ਸੁਣ ਸੁਣ ਕੇ ਮੈਂ ਕਿਹਾ ਵੀ ਮੈਂ ਫਿਰ ਪੰਜ ਚਾਰ ਬੰਦੇ ਜਿਹੜੇ ਮੇਰੇ ਨਾਲ ਜੁੜੇ ਉਹਨਾਂ ਨੂੰ ਸੁਣਾਇਆ, ਪਾਗਲ ਹੋ ਗਏ ਬੰਦੇ ਸੁਣ ਕੇ ਜੀ। ਕਹਿੰਦੇ ਯਾਰ ਇਹ ਮਿਊਜ਼ਿਕ ਕਹਿੰਦੇ ਵੀ ਕਿੱਦਾਂ ਦਾ ਬਣਾਇਆ। ਮੈਂ ਯਾਰ ਨਵਾਂ ਮੁੰਡਾ ਜਮਾ, ਕਹਿੰਦੇ ਕਮਾਲ ਕਰਦੀ ਹੈ। ਮੈਂ ਉਹ ਫਿਰ ਉਹ ਮੇਰੇ ਖਿਆਲ ਉਹ ਕੈਸਟ ਨੂੰ ਸੁਣ ਸੁਣ ਕੇ ਹੀ ਕੰਮ ਬਹੁਤ ਮਿਲ ਗਿਆ, ਬਹੁਤ ਜ਼ਿਆਦਾ ਮੇਰੇ ਵਾਲੇ ਗਾਣਿਆਂ ਨੂੰ ਸੁਣ ਸੁਣ ਕੇ। ਉਹ ਫਸਟ ਐਲਬਮ ਸੀਗੀ ਮੇਰੇ ਵਾਲੀ, ਐਲਬਮ ਰਿਲੀਜ਼ ਲੇਟ ਹੋਈ ਹੈ 2005 'ਚ ਹੋਈ ਹੈ, 2003 ਦੀ ਕੀਤੀ ਹੋਈ ਸੀਗੀ। ਅਤੇ ਉਹ ਕੋਈ ਵੀ ਕਾਰਨ ਲਾ ਲਓ, ਅਤੇ ਪੰਜ ਤੋਂ ਬਾਅਦ ਹੀ ਮਤਲਬ 2005 'ਚ ਉਹਦੀ ਪਹਿਲੀ ਕੈਸਟ ਨੂੰ ਮਤਲਬ ਡੈਬਿਊ ਕਹਿ ਲਓ ਸਨੀ ਦਾ, ਉਹ ਮੇਰੇ ਨਾਲ ਹੀ ਸੀਗਾ। ਪੇਸ਼ੀ 'ਚ 10 ਗਾਣੇ ਸੀਗੇ ਜੀ, ਅਤੇ ਬਹੁਤ ਅੱਛੇ ਰਹੇ ਆ ਹੁਣ ਤੱਕ ਵੀ ਉਹ ਸੋਸ਼ਲ ਮੀਡੀਆ 'ਤੇ ਸੁਣਾ ਸਕਦੇ ਹੋ। ਹਾਂ ਪੇਸ਼ੀ ਜੀ, ਮੈਂ ਸੁਣਾ ਦਿੰਦਾ ਜੀ। ਓ ਪੇਸ਼ੀ ਪਊਗੀ ਸ਼ਹਿਰ ਪਟਿਆਲੇ, ਸੀਟੀਆਂ ਨਾ ਮਾਰ ਮੁੰਡਿਆ, ਓ ਚੱਲੂ ਤੇਰੇ ਤੇ ਮੁਕੱਦਮਾ ਪਾਰੀ, ਬਾਪ ਥਾਣੇਦਾਰ ਮੁੰਡਿਆ, ਓ ਚੱਲੂ ਤੇਰੇ ਤੇ ਮੁਕੱਦਮਾ ਪਾਰੀ, ਬਾਪ ਥਾਣੇਦਾਰ ਮੁੰਡਿਆ, ਏਡੀ ਪੱਗ ਵੇ ਸ਼ੁਕੀਨਾ ਤੇਰੀ, ਪੱਟ ਲੈਂਦੀ ਕੁੜੀਆਂ ਨੂੰ, ਓ ਤਿੱਖੀ ਤੱਕਣੀ ਜਹਿਰੀ ਆ ਤੇਰੀ ਵੇ, ਲੁੱਟ ਲੈਂਦੀ ਹਾਏ ਲੁੱਟ ਲੈਂਦੀ ਕੁੜੀਆਂ ਨੂੰ, ਵੇ ਚੰਨਾ ਅਸ਼ਕ ਹੈ। ਬਹੁਤ ਵਧੀਆ ਸਰ, ਬਹੁਤ ਵਧੀਆ ਜੀ, ਥੈਂਕ ਯੂ ਜੀ। ਅੱਛਾ ਸਰ ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਹਨੀ ਸਿੰਘ ਤੋਂ ਬਾਅਦ ਫਿਰ ਤੁਸੀਂ ਹੋਰ ਕਿਹੜੇ ਕਲਾਕਾਰਾਂ ਦੇ ਨਾਲ ਜਿਹੜਾ ਸਫ਼ਰ ਕੀਤਾ ਅੱਗੇ? ਨਹੀਂ ਸਫ਼ਰ ਮੇਰਾ ਬਹੁਤ ਕਲਾਕਾਰਾਂ ਨਾਲ, ਜਿੱਦਾਂ ਹਨੀ ਤੋਂ ਪਹਿਲਾਂ ਹੀ ਜੇ ਕਹੀਏ ਆਪਾਂ ਜੀ, ਹਨੀ ਨਾਲ ਤਾਂ ਟੇਪ 2005 'ਚ ਆਈ ਹੈ ਅਤੇ ਯਾਦਾਂ ਤੇਰੀਆਂ 2000 'ਚ ਆਈ ਹੈ। ਉਸ ਤੋਂ ਬਾਅਦ ਮੇਰੀ ਟੇਪ ਆ ਗਈ ਸੀਗੀ ਜੁਦਾਈਆਂ, ਜੁਦਾਈਆਂ ਹਾਂ, ਉਹਦੇ ਵਿੱਚ ਵੀ ਇੱਕ ਕੰਟਰੋਵਰਸੀ ਹੋ ਗਈ ਸੀ। ਉਹ ਮੇਰਾ ਪ੍ਰੋਡਿਊਸਰ ਸੀਗਾ, ਐਵੇਂ ਲਾ ਲਓ ਬਸ ਤੁਸੀਂ ਵੀ ਨਾ ਖੇਡਣਾ ਨਾ ਖੇਡਣ ਦੇਣਾ, ਉਹ ਕੰਮ ਸੀ ਉਹਦਾ ਜੀ ਜੀ। ਅਤੇ ਉਹਨੇ ਚੱਕ ਕੇ ਮੇਰੇ 'ਤੇ ਕੇਸ ਕਰਤਾ ਸੀਗਾ ਦੂਸਰੀ ਕੈਸਟ 'ਚ ਜੀ, ਵਿੱਚ ਕੋਈ ਅੱਛੇ ਬੰਦਿਆਂ ਨੇ ਪੈ ਕੇ ਸਾਡਾ ਸਮਝੌਤਾ ਕਰਾਤਾ, ਉਹ ਰਫਾ ਦਫਾ ਹੋਗਾ, ਸ਼ੋਰਟ ਆਊਟ ਸੀ। ਅਤੇ ਮੁੜ ਕੇ ਮੇਰੀ ਟੇਪ ਆਈ ਸੀ ਜਾਗੋ ਆਈ ਹੈ, ਜਾਗੋ ਆਈ ਹੈ, ਜਾਗੋ ਆਈ ਵੀ ਟੇਪ ਬਹੁਤ ਅੱਛੀ ਸੀ, ਉਹਦਾ ਮੈਟਰ ਬਹੁਤ ਅੱਛਾ ਸੀਗਾ। ਉਹਦੇ ਵਿੱਚ ਗਾਣੇ ਰੰਗ ਚੋ ਕੇ ਪਰਾਤ ਵਿੱਚ ਪੈ ਗਿਆ, ਮੈਂ ਧੁੱਪ 'ਚ ਪਕਾਈਆਂ ਰੋਟੀਆਂ ਜੀ, ਜਾਂ ਚਾਂਦੀ ਵਰਗੀ ਜੋਬਨ ਮੱਤੀ ਨਾਰੇ, ਬਹੁਤ ਸੋਹਣੇ ਗਾਣੇ ਸੀ ਜੀ। ਫਿਰ ਮੇਰੀ ਟੇਪ ਸੀਗੀ, ਫਿਰ ਪੇਸ਼ੀ ਸੀਗੀ, ਪੇਸ਼ੀ ਆਈ 2 ਸਾਲ ਦੇ ਗੈਪ ਬਾਅਦ ਜੀ, ਪੇਸ਼ੀ ਟੇਪ ਆਈ। ਪੇਸ਼ੀ ਨੇ ਬਹੁਤ ਬਿਜ਼ਨਸ ਕੀਤਾ, ਵੱਡਾ ਬਿਜ਼ਨਸ ਕੀਤਾ ਉਹਨੇ ਜੀ ਜੀ। ਅਤੇ ਫਿਰ ਮੇਰੀ ਕੈਸਟ ਸੀਗੀ ਮਿਸ ਪੂਜਾ ਨਾਲ ਆਈ, ਉਡੀਕਾਂ ਤੇਰੀਆਂ, ਉਡੀਕਾਂ ਤੇਰੀਆਂ, ਇੱਕ ਗਾਣਾ ਮੈਂ ਸੁਦੇਸ਼ ਕੁਮਾਰੀ ਨਾਲ ਵੀ ਗਾਇਆ ਸੀ। ਉਹਨਾਂ ਦੇ ਵਿੱਚੋਂ ਮਤਲਬ ਹਵਾ ਸੀਗੀ ਮਿਸ ਪੂਜਾ ਵਾਲੀ, ਜੋ ਮਤਲਬ ਹਰ ਇੱਕ ਬੰਦਾ ਚਾਹੁੰਦਾ ਸੀ ਉਹਦੇ ਨਾਲ ਵੀ ਗਾਓ ਯਾਰ ਜੀ, ਉਹਦੇ ਨਾਲ ਜਮਾ ਕੇ ਚਲੋ ਕਰ ਦਿੰਦੇ। ਚਲੋ ਕੰਪਨੀ ਵਾਲੇ ਆਏ, ਕਹਿੰਦੇ ਸੀ ਤੁਹਾਡੀ ਮਿਸ ਪੂਜਾ ਨਾਲ ਟੇਪ ਕਰਨੀ, ਮੈਂ ਕਿਹਾ ਜੀ ਕਰ ਲਓ ਜੀ ਜੀ ਜੀ। ਅਤੇ ਉਹ ਕੈਸਟ ਵਿੱਚ ਗਾਣੇ ਅੱਛੇ ਸੀਗੇ, ਲੇਕਿਨ ਥੋੜ੍ਹੀ ਵੀਡੀਓਗ੍ਰਾਫੀ ਲੋਅ ਕੁਆਲਿਟੀ ਦੀ ਰਹਿ ਗਈ, ਉਹਦੇ ਕਰਕੇ ਥੋੜ੍ਹਾ ਠੰਡੀ ਪੈ ਗਈ ਜੀ ਜੀ। ਉਸ ਤੋਂ ਬਾਅਦ ਮੇਰੀ ਟੇਪ ਆਈ ਸੀਗੀ, ਧਾਰਮਿਕ ਟੇਪ ਆਈ ਸੀਗੀ 2010 'ਚ, ਖਾੜਕੂ, ਖਾੜਕੂ ਜੀ। ਅਤੇ ਉਹਦਾ ਨਾਮ ਅਸੀਂ ਪਹਿਲਾਂ ਰੱਖਿਆ ਸੀ ਖਾਲਸਾ ਜੀ, ਇੱਕ ਕੰਪਨੀ ਨੇ ਲੋਕਲ ਨੇ ਰਿਲੀਜ਼ ਕੀਤੀ ਸੀਗੀ ਖਾਲਸਾ ਟੇਪ। ਅਤੇ ਬਾਕੀ ਫਿਰ ਜਦੋਂ ਉਹ ਟੀ ਸੀਰੀਜ਼ ਨੇ ਲੈ ਲਈ ਖਾੜਕੂ ਜਿਹੜੀ ਸੀ, ਹਾਂ ਜੀ ਖਾੜਕੂ ਵਾਲੀ ਟੇਪ। ਅਤੇ ਖਾੜਕੂ, ਖਾੜਕੂ ਮਤਲਬ ਟੇਪ ਦੇ ਵਿੱਚ ਮੈਟਰ ਹੀ ਸਾਰਾ ਖਾੜਕੂ ਸੀਗਾ ਜੀ। ਉਹ ਟੇਪ ਦਾ ਨਾਮ ਸੀਗਾ ਅਣਖੀ ਸ਼ੇਰ ਜੀ, ਅਣਖੀ ਸ਼ੇਰ ਗਾਇਆ ਸੀਗਾ ਮੈਂ ਭਿੰਡਰਾਂ ਵਾਲੇ 'ਤੇ ਜੀ। ਅਤੇ ਉਹ ਗਾਣਾ ਉਹਨਾਂ ਟੀ ਸੀਰੀਜ਼ ਨੇ ਗਾਣਾ ਬਹੁਤ ਚਲਾਇਆ, ਉਹਦੇ ਵਿੱਚ ਗਾਣਾ ਸੀਗਾ ਇੱਕ ਘੇਰਾ, ਉਹ ਬਹੁਤ ਚੱਲਿਆ ਜੀ, ਉਹ ਮੈਥੋਂ ਅੱਜ ਤੱਕ ਸਟੇਜਾਂ 'ਤੇ ਸੁਣਿਆ ਜਾਂਦਾ ਹਰ ਆਰਟਿਸਟ। ਸਾਨੂੰ ਵੀ ਮੈਂ ਸੁਣਾਉਂਦਾ ਜੀ, ਧਾਰਮਿਕ ਗੀਤ ਹੈ ਉਹ। ਕਲੰਗੀ ਵਾਲਿਆ ਕਸਮ ਕੁਰਾਨ ਦੀਏ, ਤੇਰੇ ਜਿਹਾ ਜਹਾਨ ਤੇ ਵੇਖਿਆ ਨਹੀਂ,
चाली गंज माया लोकी जोड़ तुर गए सोना किसे दे तीर ते वेख्या नहीं प्यो पुत्रां दे को दी हस लंगे ताड़ी मार तुर गए किसे रोकिया नहीं जबर जुलम नू जड़ा तो पट दिता तुसी गुस्सा तलवार दा वेख्या नहीं तुसी गुस्सा तलवार दा वेख्या नहीं हम मुट्ठी पर सिंगा नू बैजा नाए केरा पाके तैनू चाजे लड़ने दा औरंगिया वेख मैदानी आके तैनू चाजे लड़ने दा औरंगिया वेख मैदान च आके बहुत वधिया सर बहुत वधिया जी अच्छा सर एक चीज मैनू हरेक सिंगर दे नाल एक कॉन्ट्रोवर्सी जरूर होंदी है जिथ तक मैनू समझ हैगी है कि बाई लार्स गाने दे नाल कोई कॉन्ट्रोवर्सी जुड़ी है तुहाडे नाल सर कॉन्ट्रोवर्सी तो मेरे नाल तकरीबन हरेक टाइम होंदी रही है जी वह तो मैं पिछे जी एक गाना भी कढ़न लग्या सीगा मैं लिख भी लिया सी कि कॉन्ट्रोवर्सी इन बिल सिंह जी मतलब हर वक्त ही कॉन्ट्रोवर्सी च रहिंदा जी वो गाना मैं लिखा भी अपना ए अपना एडमिनिस्ट्रेशन दे अपनी सरकारां ते सरकारां ते ला लो या जिहड़े उहनां दे काम करन वाले बंदे है सिस्टम दे उत्ते जी जी ओह हैगा सीगा 2007 जिहड़ी मिस पूजा दी टेप आई है जी ओह गाना मैं तां लिखिया सीगा ओहदे विच मिस पूजा दी टेप दे विच जदों मिस पूजा नाल मैं गाया किसी कोई लड़की गाउंदी हुंदी सी मेरे नाल उधर पटियाले वल दी जी लड़की दा गाना सी लेडी सीगी ਉਹ ਗਾਉਂਦੀ ਸੀਗੀ ਤੇ ਉਹਦੇ ਹਸਬੈਂਡ ਨੂੰ ਬੜਾ ਗੁੱਸਾ ਆਇਆ ਵੀ ਇਹਨੇ ਮਿਸ ਪੂਜਾ ਨਾਲ ਟੇਪ ਗਾਈ ਹੈ ਸਾਡੇ ਨਾਲ ਨਹੀਂ ਗਾਈ ਜੀ ਵੀ ਹੁਣ ਕਿਸੇ ਜਦੋਂ ਬੰਦੇ ਦਾ ਕਿਸੇ ਦਾ ਨਾਮ ਬਣ ਜਾਂਦਾ ਤੇ ਕੰਪਨੀ ਜਿਹਨੂੰ ਰਿਕਾਰਡ ਕਰਦੀ ਹੈ ਤੇ ਉਹ ਨਾਮ ਪਰ ਬੰਦਿਆਂ ਨੂੰ ਹੀ ਕਰੂਗੀ ਤੇ ਉਹ ਹੀ ਤਾਂ ਚੱਕ ਕੇ ਕਿਸੇ ਨੂੰ ਖੱਲ ਖੁੰਝੇ ਜਿਹਦੇ ਰਿਕਾਰਡ ਨਹੀਂ ਕਰ ਲੂਗੀ ਜੀ ਜੀ ਤੇ ਉਹਨਾਂ ਨੇ ਮਤਲਬ ਬੜਾ ਉਹਨਾਂ ਨੂੰ ਦਰਦ ਹੋਇਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਕੋਲ ਕੁਦਰਤੀ ਮੇਰੇ ਪਹਿਲਾਂ ਮੈਂ ਪਹਿਲਾਂ ਜਦੋਂ ਗਾਉਂਦਾ ਹੁੰਦਾ ਸੀ ਸਟਰਗਲ ਦੇ ਦਿਨਾਂ 'ਚ ਜੀ 2000 ਤੋਂ ਪਹਿਲਾਂ ਉਹਨਾਂ ਕੋਲ ਮੇਰੇ ਉਹ ਗਾਣੇ ਪਏ ਸੀਗੇ ਜੀ ਤੇ ਗਾਣੇ ਉਹਨਾਂ ਨੇ ਕੀ ਕੀਤਾ ਉਹ ਗਾਣਿਆਂ ਦਾ ਪ੍ਰੂਫ ਦੇ ਕੇ ਵੀ ਦੇਖੋ ਜੀ ਸਾਡੇ ਕੋਲ ਗਾਣੇ ਸੀਗੇ ਸਾਡੇ ਨਾਲ ਰਿਹਰਸਲ ਕੀਤੀ ਹੋਈ ਹੈ ਤੇ ਇਹਨੇ ਮਿਸ ਪੂਜਾ ਨਾਲ ਗਾ ਲਏ ਜੀ ਤੇ ਸਾਡੇ ਤੋਂ ਪੈਸੇ ਲੈ ਲਏ ਨਾਲ ਇਹ ਵੀ ਲਿਖਤਾ ਉਹਨਾਂ ਨੇ ਅੱਛਾ ਤੇ ਮੈਂ ਕਿਹਾ ਵੀ ਮੈਨੂੰ ਜਦੋਂ ਉੱਥੋਂ ਇਨਫੋਰਮੇਸ਼ਨ ਆਈ ਕਿ ਇੱਦਾਂ ਇੱਦਾਂ ਕਰਕੇ ਤੁਹਾਡੇ ਤੇ ਇੱਕ ਕੰਪਲੇਂਟ ਹੈਗੀ ਹੈ ਮੈਂ ਕਿਹਾ ਜੀ ਮੈਂ ਵੈਸੇ ਇੱਦਾਂ ਦੀ ਕੋਈ ਗੱਲ ਹੈ ਨਹੀਂ ਮੇਰੀ ਫਿਰ ਵੀ ਚਲੋ ਤੁਸੀਂ ਬੁਲਾਉਂਦੇ ਆ ਕਿਉਂਕਿ ਹੁਣ ਉਹਨਾਂ ਨੂੰ ਤਾਂ ਜਵਾਬ ਨਹੀਂ ਦਿੱਤਾ ਜਾ ਸਕਦਾ ਜਦੋਂ ਬੁਲਾਉਂਦਾ ਜਾਣਾ ਪਊਗੀ ਪੇਸ਼ੀ ਤੇ ਜੀ ਮੈਂ ਕਿਹਾ ਜੀ ਮੈਂ ਆਪਣੇ ਬਿਆਨ ਦੇ ਕੇ ਆ ਗਿਆ ਮੈਨੂੰ ਬਾਅਦ 'ਚ ਪਤਾ ਲੱਗਿਆ ਮੇਰੇ 'ਤੇ ਪਰਚਾ ਹੋ ਗਿਆ ਜੀ 420 ਦਾ ਅਤੇ 420 ਦਾ ਪਰਚਾ ਹੋਇਆ ਮੈਂ ਬੜਾ ਹੈਰਾਨ ਹੋਇਆ ਵੀ ਯਾਰ ਇੱਦਾਂ ਕਿੱਦਾਂ ਹੋ ਗਿਆ ਇਹ ਅਤੇ ਫਿਰ ਉਹ ਆਰਟਿਸਟ ਬੰਦਾ ਕਿਆ ਕਰ ਸਕਦਾ ਜੀ ਉਹ ਕਿਸੇ ਨੂੰ ਮਾਰ ਨਹੀਂ ਸਕਦਾ ਕੁੱਟ ਨਹੀਂ ਸਕਦਾ ਗਾਲਾਂ ਨਹੀਂ ਕੱਢ ਸਕਦਾ ਮਤਲਬ ਫਿਰ ਤਾਂ ਬੰਦਾ ਗਾਣੇ ਹੀ ਲਿਖ ਸਕਦਾ ਨਾ ਠੀਕ ਹੈ ਜੀ ਫਿਰ ਮੈਂ ਗਾਣੇ ਲਿਖੇ ਜੀ ਇਹ ਫਿਰ ਕੰਟਰੋਵਰਸੀ ਪਹਿਲਾਂ ਤਾਂ 2009 ਚ ਹੀ ਹੋ ਗਈ ਜਵਾਬ ਜਿਹੜਾ ਦਿੱਤਾ ਉਹ ਫਿਰ ਗਾਣੇ ਉਹ ਮੈਂ ਗਾਣਿਆਂ 'ਚ ਦਿੱਤਾ ਜਵਾਬ ਗਾਣੇ 'ਚ ਦਿੱਤਾ ਗਾਣਿਆਂ 'ਚ ਦਿੱਤਾ ਫਿਰ ਮੈਂ ਇੱਕ ਤਾਂ ਮਤਲਬ ਗਾਣਾ ਗਾਇਆ ਜੀ ਮੈਂ ਤੁਹਾਨੂੰ ਸੁਣਾਉਂਦਾ ਲੋਕਾਂ 'ਚ ਇੱਦਾਂ ਹੀ ਪਾਪੂਲਰ ਹੋ ਗਏ ਉਹ ਮੈਨੂੰ ਜਿੱਥੇ ਵੀ ਮੈਂ ਸਟੇਜ 'ਤੇ ਕਿਤੇ ਵੀ ਬਾਈ ਇੱਕ ਵਾਰੀ ਤਾਂ ਉਹ ਸੁਣਾ ਦੇ ਠੀਕ ਉਹ ਸੁਣਾ ਦੇ ਸਾਰੇ ਵੀ ਸੁਣਾਓ ਮੈਂ ਸੁਣਾਉਂਦਾ ਜੀ ਤੁਹਾਨੂੰ ਮੈਂ ਤੇਰੇ ਸਾਰੇ ਰਾਜ ਛੁਪਾ ਲਏ ਸੀ ਮੈਂ ਸਭ ਤੇ ਪਰਦੇ ਪਾ ਲਏ ਸੀ ਮੈਂ ਚੁੱਪ ਹੋ ਗਿਆ ਤੂੰ ਭੜਕ ਗਈ ਤੇਰੇ ਕਰਪਟ ਸਪੋਰਟਰ ਵਾਲੇ ਸੀ ਹੁਣ ਖੋਲ ਕੇ ਆਪਣੇ ਪਰਦੇ ਦੱਸ ਕੀ ਦੱਸਣਾ ਚਾਹੁੰਦੀ ਏ ਮੈਨੂੰ ਮਾੜਾ ਕਹਿ ਕੇ ਕਿਹਦੇ ਦਿਲ ਵਿੱਚ ਵਸਣਾ ਚਾਹੁੰਦੀ ਏ ਤੂੰ ਮੈਨੂੰ ਮਾੜਾ ਕਹਿ ਕੇ ਕਿਹਦੇ ਦਿਲ ਵਿੱਚ ਵਸਣਾ ਚਾਹੁੰਦੀ ਏ ਬਹੁਤ ਇਹ ਗਾਣਾ ਮੈਂ ਲਿਖਿਆ ਸੀ ਕਿਉਂਕਿ ਨਾ ਬੜਾ ਚਬਰ ਚਬਰ ਬੋਲਦੀ ਸੀ ਉੱਥੇ ਬੈਠ ਕੇ ਜਾਂ ਤਾਂ ਉਹਦੀ ਸਿਫਾਰਿਸ਼ ਸੀ ਜਾਂ ਪੈਸਾ ਪੂਸਾ ਧੱਕਿਆ ਹੋਇਆ ਵੈਸੇ ਵਧੀਆ ਜਵਾਬ ਸੀ ਤੁਹਾਡਾ ਮੈਂ ਦੱਸਿਆ ਵੀ ਇੱਕ ਕਵੀ ਬੰਦਾ ਆਰਟਿਸਟ ਬੰਦਾ ਕਰ ਕੇ ਸਕਦਾ ਗਾਣੇ ਹੀ ਗਾ ਸਕਦਾ ਗਾਣੇ ਹੀ ਸੁਣਾ ਸਕਦਾ ਜੀ ਤੇ ਫਿਰ ਮੈਂ ਲਿਖਿਆ ਸਿਸਟਮ ਤੇ ਜਦ ਮੇਰੇ ਤੇ ਪਰਚਾ ਹੋ ਗਿਆ ਬਿਆਨਾਂ ਤੋਂ ਬਾਅਦ ਵੀ ਮੈਂ ਉਹ ਝੂਟਾ ਏ ਪ੍ਰਸ਼ਾਸਨ ਤੇ ਝੂਠੀ ਸਰਕਾਰ ਬਈ ਆਪਣੇ ਇਹਨਾਂ ਦੇ ਨਾਲ ਰਲਦੇ ਨਹੀਂ ਵਿਚਾਰ ਬਈ ਝੂਟਦਾ ਇਹ ਪਸਾਰਾ ਸਾਰੇ ਹੋ ਗਿਆ ਦੁਨੀਆ ਤੇ ਆਓ ਚਾਨਣਾ ਜੀ ਆਓ ਚਾਨਣਾ ਪਾਈਏ ਝੂਠ ਦੀਆਂ ਬੁਣਤਾਂ ਬੁਣੀਆਂ ਤੇ ਆਓ ਚਾਨਣਾ ਪਾਈਏ ਝੂਠ ਦੀਆਂ ਬੁਣਤਾਂ ਬੁਣੀਆਂ ਤੇ ਇਹਦੇ ਵਿੱਚ ਮੈਂ
ਹਰ ਇੱਕ ਤੇ ਤਬਾ ਲਾਇਆ ਹੋਇਆ ਪੈਸੇ ਲੈ ਕੇ ਝੂਠੀ ਐਫ ਆਈ ਆਰ ਬਣਾ ਦਿੰਦੇ ਸਿਸਟਮ ਜਾਂ ਫਿਰ ਅਗਰ ਸਿਸਟਮ ਨੂੰ ਮੈਂ ਨੰਗਾ ਕੀਤਾ ਉਹਦੇ ਮਾਰੀ ਉਹਨੂੰ ਹਾਂ ਮੈਂ ਨੰਗਾ ਕੀਤਾ ਮੈਂ ਸਟੇਜ ਤੇ ਵੀ ਗਾਉਂਦਾ ਸਾਹਮਣੇ ਬੈਠੇ ਹੁੰਦੇ ਸਾਰੇ ਜੀ ਮੈਂ ਕਿਹਾ ਵੀ ਕਰਪਟ ਬੰਦਾ ਜਿਹੜਾ ਹੋਊਗਾ ਉਹ ਬੰਦਾ ਗੁੱਸਾ ਕਰ ਲੂਗਾ ਜੀ 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 ਮੈਂ ਤਾਂ ਕਰਪਸ਼ਨ ਦੇ ਉਲਟ ਹੈਗਾ ਜੀ ਮੈਂ ਨਹੀਂ ਮੈਂ ਕਿਹਾ ਮੈਂ ਉਹਦੀ ਗੱਲ ਕਰਦਾ ਕਰਪਸ਼ਨ ਦੀ ਚੰਗਾ ਬੰਦਾ ਤਾਂ ਕਹੂਗਾ ਹਾਂ ਠੀਕ ਬੋਲ ਰਿਹਾ ਇਹ ਜੀ ਜੀ ਤੇ ਨਾਲੇ ਆਰਟਿਸਟ ਬੰਦੇ ਨੂੰ ਕੌਣ ਰੋਕੂਗਾ ਬੋਲਣ ਤੇ ਜੀ ਸਰ ਉਹ ਤਾਂ ਆਪਣੀ ਗੱਲ ਕਰੂਗਾ ਦਿਲ ਦੀ ਗੱਲ ਹੈ ਮੇਰੀ ਦਿਲ ਜੀ ਜੀ ਪੈਸੇ ਦੀ ਭੁੱਖ ਹੁੰਦੀ ਹੈ ਪੈਸੇ ਕਰਕੇ ਇਹ ਬੰਦੇ ਇਸ ਤਰ੍ਹਾਂ ਦੀ ਹੁੱਲੜਬਾਜੀ ਕਰਦੇ ਆ ਕਿ ਬੰਦੇ ਦਾ ਨਾਮ ਹੈਗਾ ਇਸ ਟਾਈਮ ਇਹ ਤੇ ਜੋ ਮਰਜ਼ੀ ਮੰਗ ਲਓ ਤੇ ਫਿਰ ਬੰਦਾ ਵੀ ਪਰਵਾਹ ਨਹੀਂ ਕਰਦਾ ਕਹਿੰਦਾ ਚੱਲ ਦੇਈ ਦਫਾ ਕਰ ਇਹਨਾਂ ਨੂੰ ਫਾਹਾ ਵੱਢ ਇਹੋ ਜਿਹੇ ਗੰਦ ਬੰਦ ਨੂੰ ਸਾਈਡ ਤੇ ਰੱਖੀਦਾ ਹੁੰਦਾ ਇਹ ਆਪਾਂ ਨੇ ਨਿਬੇੜ ਕੇ ਆਪਾਂ ਪਾਸੇ ਹੁਣ ਅੱਜ ਉਹ ਕਿੱਥੇ ਹੈ ਆਪਾਂ ਦੇਖ ਲਓ ਕਿੱਥੇ ਜੀ ਜੀ ਠੀਕ ਹੈ ਨਾ ਆਪਾਂ ਤੁਹਾਡੀ ਹਾਜ਼ਰੀ 'ਚ ਬੈਠੇ ਹਾਂ ਅੱਜ ਵੀ ਜੀ ਅੱਛਾ ਸਰ ਇੱਕ ਚੀਜ਼ ਮੈਨੂੰ ਹੋਰ ਦੱਸੋ ਤੁਸੀਂ ਕਿ ਤੁਹਾਡਾ ਇੱਕ ਨਵੀਂ ਐਲਬਮ ਲਾਂਚ ਹੋਈ ਆ ਬਰੂਦ ਬਰੂਦ ਹੋਈ ਔਰ ਕਾਫੀ ਭਰਵਾ ਹੁੰਗਾਰਾ ਜਿਹੜਾ ਦਰਸ਼ਕਾਂ ਵੱਲੋਂ ਦਿੱਤਾ ਜਾ ਰਿਹਾ ਤੁਹਾਨੂੰ ਵਿਊਵਰਸ ਕਾਫੀ ਤੁਹਾਨੂੰ ਪਸੰਦ ਕਰ ਰਹੇ ਆ ਔਰ ਲਾਈਕ ਕਰ ਰਹੇ ਆ ਉਹ ਦੱਸੋ ਉਸ ਐਲਬਮ ਬਾਰੇ ਜੀ ਹਾਂਜੀ ਉਹ ਗਾਣਾ ਗੁਰਲੇਜ ਅਖਤਰ ਜੀ ਨੇ ਗਾਇਆ ਮੇਰੇ ਨਾਲ ਜੀ ਤੇ ਜੋ ਵੀ ਨੇ ਉਹਦਾ ਮਿਊਜ਼ਿਕ ਬਣਾਇਆ ਤੇ ਦੁਗਾਣਾ ਜੋੜੀ ਵਾਲਾ ਗਾਣਾ ਨੇ ਹਾਂਜੀ ਦੁਗਾਣਾ ਹੈ ਜੀ ਗੁਰਲੇਜ ਅਖਤਰ ਦੇ ਨਾਲ ਹੈਗਾ ਜੀ ਤੇ ਉਹ ਕੁਝ ਟ੍ਰੈਂਡੀ ਸੌਂਗ ਲਾ ਲਓ ਵੀ ਟ੍ਰੈਂਡ ਚੱਲਦਾ ਜਿੱਦਾਂ ਦਾ ਉਦਾਂ ਦੇ ਗਾਣੇ ਗੁਰਲੇਜ ਦਾ ਬੋਲ ਹੈਗਾ ਬੇ ਦਿਲ ਮੇਰਾ ਬੈਠਦਾ ਜਾਵੇ ਸੁਣ ਪਿੱਤਲ ਦੇ ਰੌਂਦਾ ਦਾ ਖੜਾਕਾ ਜੀ ਤੇ ਫਿਰ ਮੁੰਡੇ ਦਾ ਬੋਲ ਹੈਗਾ ਕਹਿੰਦਾ ਜੀ ਹੋ ਮਰ ਜਾਣੀਏ ਨੀ ਦਿਲ ਰੱਖ ਤਗੜਾ ਮਾੜਾ ਮੋਟਾ ਗੋਲਿਆ ਨਾ ਕਰ ਝਗੜਾ ਨਿਕਲ ਦੇ ਸ਼ਲਾਰੂ ਉੱਠ ਕੇ ਕੱਲ ਦੇ ਸ਼ਲਾਰੂ ਉੱਠ ਕੇ ਆ ਕੇ ਸਾਹਮਣੇ ਜਾ ਕਰ ਦੇਖ ਰੂਦਨੀ ਉਹ ਜੱਟ ਦੇ ਦਿਮਾਗ ਨੂੰ ਕੂੜੇ ਜੱਟ ਦੇ ਦਿਮਾਗ ਨੂੰ ਕੂੜੇ ਚੜਦੀ ਏ ਵਾਸ਼ਨਾ ਬਰੂਦ ਦੀ ਜੱਟ ਦੇ ਦਿਮਾਗ ਨੂੰ ਕੂੜੇ ਚੰਗੀ ਲੱਗਦੀ ਏ ਵਾਸ਼ਨਾ ਬਰੂਦ ਦੀ ਬਹੁਤ ਵਧੀਆ ਸਰ ਬਹੁਤ ਵਧੀਆ ਸਰ ਬਹੁਤ ਵਧੀਆ ਹੋਰ ਇਹਦਾ ਗਾਣਾ ਤੁਸੀਂ ਸੁਣਾਓ ਹੋਰ ਕਿਹੜਾ ਗਾਣਾ ਸਰ ਮੈਂ ਇਹ ਤੋਂ ਪਹਿਲਾਂ ਜਿਹੜੀ ਤੁਸੀਂ ਕੰਟਰੋਵਰਸੀ ਦੀ ਗੱਲ ਕੀਤੀ ਇਹ ਤਾਂ ਮੇਰੇ ਯਾਦ ਆ ਗਈ ਕੰਟਰੋਵਰਸੀ ਕਹਿਣ ਤੋਂ ਜੀ ਕੰਟਰੋਵਰਸੀ ਅਸਲ ਜਿਹੜੀ ਲੇਟੈਸਟ ਹੋਈ ਸੀ ਨਾ ਇਹ ਹੁਣ ਮੇਰਾ ਗਾਣਾ ਰਿਲੀਜ਼ ਹੋਇਆ ਸੀ 2021 'ਚ ਜੀ 2021 'ਚ ਹੋਇਆ ਸੀ ਹਾਂ ਬਾਈ ਲਾਰਸ ਅਤੇ ਬਾਈ ਲਾਰਸ ਦੇ ਵਿੱਚ ਮੈਂ ਤੁਸੀਂ ਲਾ ਲਓ ਵੀ ਮੈਂ ਮਤਲਬ ਉੱਥੇ ਮੇਰੀ ਇੰਟਰਫੇਰਿੰਗ ਕੁਛ ਨਹੀਂ ਹੁੰਦੀ ਗਾਣਾ ਕਿਹਨੇ ਲਿਖਿਆ ਹੈ ਕਿਹਨੇ ਮਿਊਜ਼ਿਕ ਕਰਨਾ ਹੈ ਕਿਹਨੇ ਵੀਡੀਓ ਕਰਨਾ ਹੈ ਕਿਹਨੇ ਰਿਲੀਜ਼ ਕਰਨਾ ਉਹਦੇ ਵਿੱਚ ਮੈਨੂੰ ਕੋਈ ਮਤਲਬ ਨਹੀਂ ਮੈਨੂੰ ਸਿਰਫ ਮੈਂ ਪੇਡ ਕਲਾਕਾਰ ਹੈ ਜੀ ਮੈਂ ਆਪਣੀ ਪੇਮੈਂਟ ਲੈ ਲੈਣੀ ਹੈ ਅਤੇ ਮੈਂ ਅਗਲੇ ਨਾਲ ਗਾਇਆ ਹੁਣ ਜੀ ਅਤੇ ਉਹ ਬਾਅਦ ਜਦੋਂ ਗਾਣਾ ਮੈਂ ਗਾਇਆ ਤਾਂ ਮੈਨੂੰ ਗਾਉਂਦੇ ਗਾਉਂਦੇ ਨੂੰ ਲੱਗਿਆ ਵੀ ਯਾਰ ਇਹ ਕੰਪੋਜੀਸ਼ਨ ਮੈਂ ਸੁਣੀ ਸੁਣੀ ਜੀ ਲੱਗਦੀ ਹੈ ਜੀ ਅਤੇ ਉਹ ਕਹਿਣ ਲੱਗੇ ਹਾਂ ਹਾਂ ਇੱਦਾਂ ਹੀ ਹੈ ਜਿਹੜਾ ਪ੍ਰੋਡਿਊਸਰ ਸੀਗਾ ਕੰਪਨੀ ਦਾ ਵੀ ਇੱਦਾਂ ਹੀ ਹੈ ਇਹ ਹੈ ਕੰਪੋਜੀਸ਼ਨ ਆਈ ਹੋਈ ਬਾਅਦ 'ਚ ਦੱਸ ਦੇ ਤੁਹਾਨੂੰ ਚਲੋ ਮੈਨੂੰ ਕਾਹਲੀ ਸੀ ਸ਼ਾਇਦ ਮੈਂ ਪੁੱਛਿਆ ਵੀ ਨਹੀਂ ਉਹਨਾਂ ਨੂੰ ਮੈਂ ਗਾਣਾ ਗਾ ਕੇ ਲੰਘਿਆ ਆ ਜ਼ਿਆਦਾਤਰ ਮੈਨੂੰ ਜਿਹੜੇ ਨਵੇਂ ਸਿੰਗਰ ਹੈ ਉਹਨਾਂ ਦਾ ਨਾਮ ਵੀ ਯਾਦ ਨਹੀਂ ਉਹਨਾਂ ਦੇ ਗਾਣੇ ਵੀ ਯਾਦ ਨਹੀਂ ਹੁਣ ਮੈਨੂੰ ਸੁਣ ਮੈਂ ਹੁਣ ਸੁਣਨ ਲੱਗਿਆ ਗੱਡੀ ਵਿੱਚ ਲਾ ਲੈਂਦਾ ਗਾਣੇ ਜੀ ਮਤਲਬ ਉਸ ਟਾਈਮ ਉਹ ਗਾਣੇ ਦੀ ਕਿਤੇ ਡੀਜੇ ਤੇ ਵੱਜਦੀ ਮੇਰੇ ਕੰਨਾਂ 'ਚ ਟੋਨ ਵੱਜਦੀ ਸੀਗੀ ਕਿ ਇੱਦਾਂ ਦਾ ਗਾਣਾ ਪਹਿਲਾਂ ਕੋਈ ਆਇਆ ਜੀ ਅਤੇ ਉਹ ਚਲੋ ਗਾਣਾ ਰਿਲੀਜ਼ ਹੋ ਗਿਆ ਅਤੇ ਉਹ ਜਦੋਂ ਆਪਣਾ ਰਿਲੀਜ਼ ਹੋਣ ਤੋਂ ਬਾਅਦ ਕਹਿੰਦੇ ਨਹੀਂ ਹੁੰਦੇ ਵੀ ਜੇ ਜਦੋਂ ਬੈਲ ਵਿਸ਼ਰ ਹੈ ਜਿਹੜੇ ਹੁਣ ਜਿਹੜੇ ਪਿਆਰ ਕਰਨ ਵਾਲੇ ਹੈ ਉਹ ਤਾਂ ਹਾਏ ਹੈਲੋ ਲਵ ਯੂ ਲਿਖ ਕੇ ਸਾਰ ਦਿੰਦੇ ਆ ਜੀ ਜੀ ਪਰ ਜਿਹੜੇ ਉਹ ਹੇਟਰ ਹੁੰਦੇ ਆ ਉਹ ਫਿਰ ਉਹ ਕਾਣ ਹੈ ਉਹ ਕਹਿੰਦੇ ਹੁੰਦੇ ਵੀ ਇੰਨੇ ਕੁ ਵਿਊ ਨਹੀਂ ਹੁੰਦੇ ਜਿੰਨੀਆਂ ਕੁ ਗਾਲਾਂ ਆ ਜਾਂਦੀਆਂ ਨੀਚੇ ਜੀ 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 ਅਤੇ ਉਹ ਗਾਲਾਂ ਗੁਲਾਂ ਜਿਹਾ ਕੱਢਣ ਲੱਗ ਗਏ ਮੈਨੂੰ ਇਹ ਤੋਂ ਗਾਲਾਂ ਗੁਲਾਂ ਕੱਢੀਆਂ ਮੈਂ ਕਿਹਾ ਯਾਰ ਇਹਨਾਂ ਨੂੰ ਕਿਆ ਪ੍ਰੋਬਲਮ ਹੈ ਵੀ ਆਪਾਂ ਨੇ ਕਿਆ ਕੀਤਾ ਇਹੋ ਜਿਹਾ ਅਤੇ ਉਹ ਬਾਅਦ ਵਿੱਚ ਮੈਂ ਦੇਖਿਆ ਵੀ ਯਾਰ ਇਹ ਤਾਂ ਦੋ ਪਾਰਟੀਆਂ ਇਕੱਠੀਆਂ ਹੋ ਗਈਆਂ ਆਪੋਜੀਸ਼ਨ ਵਾਲੀਆਂ ਗਾਲਾਂ ਆਪਾਂ ਨੂੰ ਨਹੀਂ ਕੱਢਦੇ ਅੱਛਾ ਇਹ ਗਾਲਾਂ ਤਾਂ ਇਹ ਆਪਸ ਵਿੱਚ ਕੱਢ ਰਹੇ ਹੈ ਜੀ ਕਿਉਂਕਿ ਉਹ ਜਿਹੜਾ ਗਾਣਾ ਸੀਗਾ ਉਹ ਬਾਈ ਬਾਈ ਦੀ ਰਿਪਲਾਈ ਸੀਗੀ ਓਕੇ ਮੂਸੇ ਵਾਲੇ ਦਾ ਗੀਤ ਸੀਗਾ ਜਿਹਨੂੰ ਬਾਈ ਬਾਈ ਕਹਿੰਦੀ ਦੁਨੀਆ ਨਾ ਸੋਰੀ ਕਿਆ ਨਾਮ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਤੇ ਉਹਨਾਂ ਨੇ ਮਤਲਬ ਇਸ ਗਾਣੇ ਦਾ ਜਵਾਬ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ ਜੀ ਵੀ ਮਤਲਬ ਕੋਈ ਜਵਾਬ ਸੀਗਾ ਗਾਉਂਦੇ ਟਾਈਮ ਜਦੋਂ ਤੇ ਬਾਅਦ ਵਿੱਚ ਕੰਪੋਜੀਸ਼ਨ ਕਰਕੇ ਕਹਿ ਲਓ ਜਾਂ ਜਿਹੜੇ ਬੋਲ ਉਹਨਾਂ ਨੇ ਲਿਖੇ ਆ ਰਾਈਟਰ ਨੇ ਉਹਦੇ ਕਰਕੇ ਕਹਿ ਲਓ ਬਾਕੀ ਕੁਛ ਕੰਟਰੋਵਰਸੀ ਵਾਲੀਆਂ ਗੱਲਾਂ ਜਿਹੜੀਆਂ ਮੈਂ ਨਹੀਂ ਸੀ ਕੀਤੀਆਂ ਉਹਦੇ ਵਿੱਚ ਜੀ ਮੇਰੇ ਨਾਲ ਦਾ ਜਿਹੜਾ ਮੁੰਡਾ ਗਾਉਂਦਾ ਸੀਗਾ ਮੈਂ ਉਹਨੇ ਕੁਛ ਬੋਲ ਬੋਲੇ ਹੋਏ ਸੀਗੇ ਉਹਦੇ ਵਿੱਚ ਤੇ ਮੈਨੂੰ ਨਾ ਕਿਤੇ ਸਟੇਜ ਦੇ ਉੱਤੇ ਬੱਬੂ ਮਾਨ ਨੇ ਬੁਲਾ ਲਿਆ ਬੱਬੂ ਮਾਨ ਮੈਨੂੰ ਤਕਰੀਬਨ ਕੋਈ ਨਾ ਕੋਈ ਅੱਛਾ ਪ੍ਰੋਗਰਾਮ ਹੁੰਦਾ ਜਿੱਥੇ ਆਰਟਿਸਟ ਚਾਰ ਇਕੱਠੇ ਕਰਨ ਹੁੰਦੇ ਤਾਂ ਮੈਨੂੰ ਬੁਲਾ ਲੈਂਦਾ ਮੇਰਾ ਮਿੱਤਰ ਹੈ ਬੱਬੂ ਅਸੀਂ ਸਟਰਗਲ ਦੇ ਦਿਨਾਂ 'ਚ ਇਕੱਠਾ ਕੰਮ ਕੀਤਾ ਹੋਇਆ ਹੈਗਾ 97-98 ਅਸੀਂ ਇਕੱਠੇ ਸੀਗੇ ਜੀ ਇੱਕੋ ਪ੍ਰੋਡਕਸ਼ਨ 'ਚ ਬਾਉਂਡ ਵੀ ਸੀਗੇ ਅਸੀਂ ਅਤੇ ਬੱਬੂ ਦੀ ਟੇਪ ਉਦੋਂ ਰਿਲੀਜ਼ ਨਹੀਂ ਸੀ ਹੋਈ ਹੈਗੀ ਸਾਡੀ ਟੇਪ ਇੱਕ ਉਹ ਹਲਕੀਆਂ ਜਿਹੀ ਟੇਪਾਂ ਰਿਲੀਜ਼ ਹੋ ਗਈਆਂ ਸੀਗੀਆਂ ਉਹਨਾਂ ਨੂੰ ਅਸੀਂ ਟੇਪਾਂ ਵਿੱਚ ਗਿਣਦੇ ਨਹੀਂ ਅਸੀਂ ਨਾ ਹੀ ਲੈਂਦੇ ਜੀ ਜੀ
ਮਤਲਬ ਉਹ ਉਸ ਤਰ੍ਹਾਂ ਦੀ ਲਿਹਾਜ਼ਦਾਰੀ ਕਰਕੇ ਸਾਡਾ ਜਿਹੜਾ ਉਹ ਹੁਣ ਬੈਚਮੇਟ ਹੋਣ ਕਰਕੇ ਬੱਬੂ ਸਾਨੂੰ ਕਿਤੇ ਬੁਲਾ ਲੈਂਦਾ ਅਤੇ ਉੱਥੇ ਨਾ ਸਟੇਜ ਦੇ ਉੱਤੇ ਮੈਨੂੰ ਕਿਸੇ ਨੇ ਸਿਫਾਰਿਸ਼ ਕਰਤੀ ਬਾਈ ਉਹ ਗਾਣਾ ਸੁਣਾਈ ਜਿਹਨੂੰ ਬਾਈ ਬਾਈ ਕਹਿੰਦੀ ਦੁਨੀਆ ਮੈਂ ਉਹੀ ਲਾਈਨ ਮੈਂ ਚੱਕ ਕੇ ਉੱਥੇ ਬੋਲਤੀ ਅਤੇ ਮੈਨੂੰ ਤਾਂ ਮੇਰਾ ਖਿਆਲ ਹੈ ਉਹ ਤਾਂ ਖੰਡ ਪਿੰਡ ਦੇ ਨਾਲ ਹੀ ਪ੍ਰੋਗਰਾਮ ਸੀਗਾ ਬੱਬੂ ਦੇ ਅਤੇ ਮੈਂ ਖਰੜ ਨਹੀਂ ਪਹੁੰਚਿਆ 35 ਕੁ ਮਿੰਟ ਦੇ ਵਿੱਚ ਵਿੱਚ 35,000 ਗਾਲ ਕੱਢੀ ਹੋਈ ਉਹ ਗੀਤ ਬੋਲ ਦੇ ਥੱਲੇ ਉਹ ਮੈਂ ਖਰੜ ਆ ਕੇ ਕੁਛ ਲੈਣ ਲੱਗੇ ਅਸੀਂ ਵੀ ਚਲੋ ਕੁਛ ਖਾ ਪੀ ਲਈਏ ਅਤੇ ਮੈਂ ਉਹ ਇਹਨੇ ਨੂੰ ਅਸੀਂ ਫੇਸਬੁੱਕ ਚੈੱਕ ਕਰਨ ਲੱਗੇ ਬੰਦਾ ਜਦ ਕਿਤੇ ਖੜਦਾ ਜਦੀ ਆਪਣਾ ਸੋਸ਼ਲ ਮੀਡੀਆ ਚੈੱਕ ਕਰਦਾ ਅਤੇ ਉੱਥੇ ਉਹ ਚੱਲ ਰਿਹਾ ਉੱਥੇ ਵਾਲਾ ਪ੍ਰੋਗਰਾਮ ਜੀ ਅਤੇ ਉਹਦੇ ਵਿੱਚ ਨੀਚੇ ਜਦ ਮੈਂ ਕਮੈਂਟ ਪੜ੍ਹੇ ਇਹ ਗਾਲਾਂ ਕਦੇ ਖੜ ਸੀ ਇਹਨੂੰ ਕਿਹਾ ਹੋਇਆ ਫਿਰ ਚਲੋ ਮੇਰੇ ਨਾਲ ਕਾਕਾ ਗੱਡੀ ਚਲਾਉਂਦਾ ਸੀਗਾ ਮੈਂ ਕਾਕੇ ਨੂੰ ਕਿਹਾ ਮੈਂ ਕਾਕੇ ਯਾਰ ਇਹ ਦੇਖੀ ਮਾੜਾ ਜਿਹਾ ਕਿਹਾ ਕਹਿੰਦਾ ਜੀ ਇਹ ਤਾਂ ਉਹ ਵਾਇਰਲ ਕਰਤੀ ਉਹਨਾਂ ਨੇ ਉੱਥੇ ਵਾਲੀ ਅਤੇ ਬੱਬੂ ਮਾਨ ਸਾਹਿਬ ਤੁਹਾਡੇ ਪਰ ਨੋਟ ਕਢਾਉਂਦੇ ਆ ਉਹ ਜਿਹੜਾ ਪੈਰਾ ਹੈਗਾ ਉਸ ਦੇ ਉੱਤੇ ਉਹਨਾਂ ਨੇ ਨੋਟ ਕੰਡਾ ਅਤੇ ਤਾਂ ਇਸ ਕਰਕੇ ਮੈਂ ਕਿਹਾ ਇਹਦੇ 'ਚ ਮਾੜਾ ਕਿਆ ਕਰਿਆ ਅਗਲੇ ਦੇ ਆਰਟਿਸਟ ਜਿਹੜੇ ਬੁਲਾਏ ਵੇ ਉਹਨਾਂ ਦਾ ਮਾਨ ਸਨਮਾਨ ਕਰਤਾ ਉਹਨਾਂ ਨੇ ਇਹਦੇ 'ਚ ਨੋਟ ਕੰਡਾ ਅਤੇ ਉਹਨੇ ਮੈਂ ਗਾਰਿਆ ਅਤੇ ਕਿਸੇ ਦਾ ਕਿਹਾ ਨਿੱਕੂ ਵੀ ਸੀਗਾ ਉੱਥੇ ਹੀ ਅੰਗਰੇਜ਼ ਵਾਲੀ ਵੀ ਸੀਗਾ ਅਸੀਂ ਕਾਫੀ ਕਲਾਕਾਰ ਸੀਗੇ ਬੁਲਾਏ ਵੇ ਅਤੇ ਚਲੋ ਉਹ ਕਹਿਣ ਲੱਗਾ ਕਾਕਾ ਕਹਿਣ ਲੱਗਾ ਕਿ ਕਹਿੰਦਾ ਵੀ ਛੱਡੋ ਪਰੇ ਕੋਈ ਗੱਲ ਨਹੀਂ ਵੀ ਇਹ ਇੱਦਾਂ ਦੀ ਗੱਲਾਂ ਹੋਈ ਜਾਇਆ ਕਰਦੀਆਂ ਅੱਛਾ ਮੈਨੂੰ ਸਹੀ ਚੈਨ ਨਾ ਆਵੇ ਯਾਰ ਗਾਲਾਂ ਕਿਉਂ ਕੱਢੀਆਂ ਇਹਨਾਂ ਨੇ ਗਾਲਾਂ ਕਿਉਂ ਕੱਢੀਆਂ ਇਹਨਾਂ ਨੇ ਫਿਰ ਮੈਂ ਗਾਲਾਂ ਤਾਂ ਘੱਟ ਪੜੀਆਂ ਫਿਰ ਮੈਂ ਨਾ ਹੇਟਰਾਂ ਨੂੰ ਇੱਕ ਗੱਲ ਲਿਖੀ ਜੀ ਮੈਂ ਉਹ ਵੀ ਤਰੰਨਮ 'ਚ ਗਾ ਕੇ ਫਿਰ ਮੈਂ ਉਹਨਾਂ ਨੂੰ ਸ਼ੇਅਰ ਕੀਤੀ ਜੀ ਵੀ ਯਾਰ ਮੈਂ ਕਿਹਾ ਇਹਨਾਂ ਇਹ ਲੋਕ ਪਤਾ ਨਹੀਂ ਕਿਉਂ ਆਪਸ ਵਿੱਚ ਲੜਦੇ ਹੈ ਔਰ ਇਹ ਚੰਗੀ ਗੱਲ ਨਹੀਂ ਹੈਗੀ ਇਹਦਾ ਨੁਕਸਾਨ ਵੱਡਾ ਭੁਗਤਣਾ ਪੈਂਦਾ ਆਰਟਿਸਟ ਨੂੰ ਜੀ ਅਤੇ ਮੂਸੇਵਾਲੇ ਤਾਂ ਚਲੋ ਡੈਥ ਬਾਅਦ 'ਚ ਹੋਈ ਹੈ ਮੈਂ ਮਤਲਬ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਆਰਟਿਸਟ ਨੂੰ ਭੁਗਤਣਾ ਪੈ ਜਾਂਦਾ ਇਹ ਨਾ ਇਹ ਜਿਹੜੀ ਸ਼ੁਕਰਵਾਦ ਦਾ ਹੈਗਾ ਨਾ ਇਹ ਹਵਾ ਬਣਾ ਦਿੰਦੇ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ 'ਤੇ ਜਦਕਿ ਸਾਨੂੰ ਸੋਸ਼ਲ ਮੀਡੀਆ 'ਤੇ ਇਹ ਫੇਕ ਆਈਡੀਆਂ ਬੰਦ ਕਰਵਾਉਣੀਆਂ ਚਾਹੀਦੀਆਂ ਅਸਲਾ ਉਸਲਾ ਬੰਦ ਕਰਵਾਉਣ ਨਾਲ ਕੁਛ ਨਹੀਂ ਗੀਤ ਗੂਤ ਬੰਦ ਕਰਵਾਉਣ ਨਾਲ ਕੁਛ ਨਹੀਂ ਹੁੰਦਾ ਇਹ ਸੋਸ਼ਲ ਮੀਡੀਆ 'ਤੇ ਫੇਕ ਆਈਡੀਆਂ ਬੰਦ ਹੋਣੀਆਂ ਚਾਹੀਦੀਆਂ ਜਿਹੜਾ ਬੰਦਾ ਵੀ ਕੋਈ ਇਸ ਤਰ੍ਹਾਂ ਦੀ ਦਹਿਸ਼ਤ ਵਾਲੀ ਕੋਈ ਗੱਲ ਪਾਉਂਦਾ ਉਸਨੂੰ ਉਸੇ ਵਕਤ ਉਹਦੇ 'ਤੇ ਕੋਈ ਧਾਰਾ ਲੱਗਣੀ ਚਾਹੀਦੀ ਹੈ ਜੀ ਜੀ ਅਤੇ ਮੈਂ ਜੀ ਉੱਥੇ ਫਿਰ ਮੈਂ ਬੋਲ ਬੋਲੇ ਮੈਂ ਤੁਹਾਨੂੰ ਸੁਣਾਵਾਂ ਬੋਲ ਉਹ ਹੋ ਮੈਨੂੰ ਮਾੜਾ ਕਹਿ ਕੇ ਕਿੰਨੇ ਸਟਾਰ ਲੱਗ ਗਏ ਪਹਿਲਾਂ ਦੋ ਸੀ ਹੁਣ ਸ਼ਾਇਦ 4 ਲੱਗ ਗਏ ਵੀ ਥੱਲੇ ਲਾਉਣ ਵਾਲਿਆਂ ਦੀ ਗੈਂਗ ਪੂਰੀ ਖੜੀ ਹੈ ਉਹਨਾਂ ਨੂੰ ਕੀ ਪਤਾ ਉੱਤੇ ਬਾਂਹ ਕਿਹਨੇ ਫੜੀ ਹੈ ਉਹ ਖੁਸ਼ ਬੜੇ ਹੋਣੇ ਕਿ ਰੱਖ ਦਿੱਤਾ ਠੋਕ ਕੇ ਉਹ ਖੁਸ਼ ਬੜੇ ਹੋਣੇ ਆ ਕਿ ਰੱਖ ਦਿੱਤਾ ਠੋਕ ਕੇ ਮੈਂ ਤਾਂ ਕਦੇ ਖੁਸ਼ੀ ਦੀਆਂ ਪਲਾਂ 'ਚ ਵੀ ਟੁੱਟਦਾ ਨਹੀਂ ਦੇਣ ਤਾਂ ਜਵਾਬ ਮੈਂ ਵੀ ਜਾਣਦਾ ਸੀ ਸਾਰੇ ਤੁਹਾਨੂੰ ਪਰ ਕੁੱਤਿਆਂ ਦੇ ਭੌਂਕਣੇ ਤੋਂ ਸ਼ੇਰ ਕਦੇ ਉੱਠਦਾ ਨਹੀਂ ਫਿਰ ਪਿੱਛੇ ਜੀ ਹੁਣ ਇਸੇ ਗੀਤ ਦੀ ਲਾਈਨਾਂ ਨੂੰ ਚੱਕ ਕੇ ਕੁਛ ਬੰਦਿਆਂ ਨੇ ਹੋਰ ਵੀ ਮੈਨੂੰ ਬੋਲਿਆ ਕਿ ਉਹ ਝੂਠ ਬੋਲਦਾ ਜੀ ਉਹਨੇ ਐਂ ਬੋਲਿਆ ਜੀ ਉਹਨੇ ਗਲਤ ਕਰਿਆ ਉਹਨੂੰ ਪਤਾ ਸੀ ਸਾਰਾ ਕੁਛ ਮੈਂ ਉਹਨਾਂ ਬਾਰੇ ਵੀ ਫਿਰ ਮੈਂ ਇੱਕ ਪਿੱਛੇ ਨੂੰ ਆਹ ਬਰੂਜ਼ ਟੇਪ 'ਚ ਮੇਰੀ ਐਡ ਵੀ ਕੀਤੀ ਹੈ ਮੇਰੇ ਕੁਲੀਗ ਕਲਾਕਾਰ ਜਿਹੜੇ ਮੇਰੇ ਨਾਲ ਚੱਲਦੇ ਆ ਰਹੇ ਹੈ ਉਹਨਾਂ ਨੇ ਐਡ ਕੀਤੀ ਹੈ ਲੇਕਿਨ ਉਹਨਾਂ ਨੇ ਕਿੱਦਾਂ ਦੀ ਐਡ ਕੀਤੀ ਹੈ ਉਹ ਮੈਂ ਤੁਹਾਨੂੰ ਕਿਤੇ ਆਫ ਕੈਮਰਾ ਤੋਂ ਦੱਸ ਕੇ ਜਾਊਂਗਾ ਉਹਨਾਂ ਵਾਸਤੇ ਲਿਖੀ ਮੈਂ ਕਿਹਾ ਜੋ ਦਿਲ 'ਤੇ ਨਾ ਐਡ ਕਰੇ ਦਿਲਾਂ ਦੇ ਆ ਮੇਲਿਆ ਦਿਲ ਤੋਂ ਨਾ ਐਡ ਕਰੇ ਦਿਲਾਂ ਦੇ ਆ ਮੇਲਿਆ ਫੋਰਮੈਲਿਟੀ 'ਚ ਰੱਖਿਆ ਕੀ ਜਰਨੈਲਿਆ ਇਹ ਨਾਮ ਮੈਂ ਹੋਰ ਤਰ੍ਹਾਂ ਬੋਲ ਰਿਹਾ ਲੇਕਿਨ ਉਹਨਾਂ ਨੂੰ ਸਮਝ ਲੱਗ ਜਾਣੀ ਹੈ ਵੀ ਇਹ ਮੈਂ ਕਿਆ ਬੋਲ ਰਿਹਾ ਕਹਿੰਦਾ ਗੀਤ ਤਾਂ ਬਥੇਰੇ ਗਾਏ ਗੀਤ ਤਾਂ ਬਥੇਰੇ ਗਾਏ ਹਿੱਟ ਵੀ ਬਥੇਰੇ ਹੋਏ ਕਦੋਂ ਕਿਹਦੇ ਨਾਲ ਗਾਇਆ ਯਾਦ ਕਦੇ ਰੱਖਦਾ ਨਹੀਂ ਜਿਵੇਂ ਤੁਸੀਂ ਪੁੱਛਦੇ ਜੀ ਕੋਲੈਬੋਰੇਟ ਕਿਹਦੇ ਨਾਲ ਆਇਆ ਜੀ ਜੀ ਇਹ ਉਹਨਾਂ ਬੰਦਿਆਂ ਦੀ ਗੱਲ ਆ ਬਾਈ ਲਾਰਟਸ ਦੇ ਵਿੱਚ ਜਿਹਨੇ ਮੇਰੇ ਨਾਲ ਗਾਇਆ ਵੀ ਗੀਤ ਤਾਂ ਬਥੇਰੇ ਆਏ ਹਿੱਟ ਵੀ ਬਥੇਰੇ ਹੋਏ ਕਦੋਂ ਕਿਹਦੇ ਨਾਲ ਗਾਇਆ ਯਾਦ ਕਦੇ ਰੱਖਦਾ ਨਹੀਂ ਗੋਲਡ ਪਲੈਟੀਨਮ ਡਾਇਮੰਡ ਤੇ ਅੱਖ ਜੀ ਦੀ ਪਿੱਤਲ ਤੇ ਕਾਸ਼ੀਆਂ ਨੂੰ ਦੂਰੋਂ ਦੂਰੋਂ ਤੱਕਦਾ ਨਹੀਂ ਮਤਲਬ ਇਹ ਗੱਲਾਂ ਦਾ ਜਵਾਬ ਮੈਂ ਨਾ ਗੀਤਾਂ ਰਾਹੀਂ ਯਾਰ ਬੋਲਾਂ ਰਾਹੀਂ ਦੇ ਦਿਆ ਕਰਦਾ ਵੈਸੇ ਤੁਸੀਂ ਇਹ ਬਹੁਤ ਵਧੀਆ ਗੱਲ ਬੋਲੀ ਹੈਗੀ ਹੈ ਕਿ ਕਲਾਕਾਰ ਨਾ ਤਾਂ ਮਾਰ ਸਕਦਾ ਚੱਕ ਸਕਦਾ ਨਾ ਕਿ ਲੜਾਈਆਂ ਝਗੜਾ ਤੇ ਰੱਖਿਆ ਕੁਛ ਨਹੀਂ ਜੀ ਆਰਟਿਸਟ ਬੰਦੇ ਕੋਲ ਹੁੰਦਾ ਕਿਆ ਇਹ ਤਾਂ ਆਸ਼ਕ ਹੋਇਆ ਆਰਟਿਸਟ ਆਸ਼ਕ ਕਦੇ ਮਿਲਣ ਜਾਊਗਾ ਨਾ ਜੀ ਉਹਨੇ ਟਾਈਮ ਨਹੀਂ ਦੇਖਣਾ ਜੀ ਜਦੋਂ ਉੱਧਰ ਤੇ ਹੋਕਾ ਆ ਗਿਆ ਨਾ ਜੇ ਪਿਆਰ ਕਰਦਾ ਜੇ ਪਿਆਰ ਕਰਦਾ ਜੀ ਜਦੋਂ ਹੋਕਾ ਆ ਗਿਆ ਨਾ ਫਿਰ ਟਾਈਮ ਟੇਬਲ ਨਹੀਂ ਦੇਖਣਾ ਇਹ ਨਹੀਂ ਦੇਖਣਾ ਰਸਤੇ ਵਿੱਚ ਕੁੱਤੇ ਮਿਲਦੇ ਆ ਕਿ ਬਿੱਲੇ ਮਿਲਦੇ ਆ ਉਹਨੇ ਤਾਂ ਨਦੀ ਪਾਰ ਕਰਨੀ ਹੈ ਉਹਨੇ ਨਹੀਂ ਦੇਖਣਾ ਵੀ ਮੌਸਮ
ਪੋ ਮਾਗ ਦਾ ਚਾਰਿਆ ਠੰਡਾ ਹੈ ਪਾਣੀ ਵਿੱਚ ਨੂੰ ਲੰਘਾਂ ਕਿ ਨਾ ਲੰਘਾਂ। ਇਸੇ ਤਰ੍ਹਾਂ ਆਰਟਿਸਟ ਹੈ, ਜਦੋਂ ਕਿਸੇ ਨੇ ਬੁੱਕ ਕਰ ਲਿਆ ਆ ਲੈ ਤੇਰੇ ਅਕਾਊਂਟ 'ਚ 5000 ਰੁਪਇਆ ਪਾ ਤਾ ਭਾਈ, ਬਾਕੀ ਦੀ ਪੇਮੈਂਟ ਤੇਰੀ ਉਰਾਜ ਤੇ ਮਿਲ ਜੂਗੀ। ਆਰਟਿਸਟ ਚੱਲ ਜਾਂਦਾ, ਉਹਦੇ ਕੋਲ ਕਿਹੜੇ ਡਾਂਗਾ ਸੋਟੇ ਵਾਲੇ ਹੁੰਦੇ ਜੀ? ਹੁਣ ਤਾਂ ਬਾਂਸਰ ਬੂਸਰ ਰੱਖਣ ਲੱਗਿਆ, ਅਸੀਂ ਤਾਂ ਕਦੇ ਰੱਖਿਆ ਨਹੀਂ, ਅਸੀਂ ਕਦੇ ਗਲਤੀ ਹੀ ਨਹੀਂ ਕੀਤੀ ਜ਼ਿੰਦਗੀ 'ਚ। ਹੁਣ ਤਾਂ ਪਤਾ ਲੱਗਦਾ ਉੱਥੇ ਆਹ ਕਲਾਕਾਰ ਦੀ ਕਟਾਈ ਹੋ ਗਈ, ਉੱਥੇ ਇਹਦੇ ਵਾਲ ਪੜਤੇ, ਉਹਦਾ ਆਹ ਕਰਤੇ, ਉਹ ਕਰਤੇ ਜੀ। ਸਾਡੇ ਨਾਲ ਕਦੀ ਇਸ ਤਰ੍ਹਾਂ ਦੀ ਨਹੀਂ ਗੱਲ ਹੋਈ, ਨਾ ਹੀ ਸਾਨੂੰ ਪਿਆਰ ਕੀਤਾ। ਹਰ ਇੱਕ ਸਰੋਤੇ ਨੇ, ਹਰ ਵਰਗ ਦੇ ਸਰੋਤੇ ਨੇ ਪਿਆਰ ਕੀਤਾ, ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਜੀ ਜੀ। ਤੇ ਮਤਲਬ ਕਹਿਣ ਦਾ ਭਾਵ, ਜੇ ਅਸੀਂ ਕੰਮ ਸਿੱਧਾ ਪੱਧਰ ਰੱਖੋਗੇ ਤਾਂ ਸਾਨੂੰ ਕਿਉਂ ਕੋਈ ਗਾਲਾਂ ਕੱਢੂਗਾ? ਸਹੀ ਗੱਲ, ਕਿਉਂ? ਇਹ ਤਾਂ ਲੋਕ ਕਿਆ ਕਰਦੇ ਨਾ, ਆਪਣੀ ਆਈਡੀ ਦੇ ਵਿਊਜ਼ ਵਧਾਉਣ ਵਾਸਤੇ, ਜਿਹੜੇ ਫੇਕ ਆਈਡੀ ਵਾਲੇ ਵਿਊਜ਼ ਵਧਾਉਣ ਵਾਸਤੇ ਇਸ ਤਰ੍ਹਾਂ ਦੀਆਂ ਕੰਟਰੋਵਰਸੀ ਵਾਲੀਆਂ ਗੱਲਾਂ ਪਾ ਦਿੰਦੇ ਆ ਜੀ, ਤੇ ਉਹ ਗੱਲ ਦਾ ਬਾਤ ਦਾ ਬਤੰਗੜ ਬਣਾ ਦਿੰਦੇ, ਉਹਨੂੰ ਖੰਭ ਲੱਗ ਜਾਂਦੇ ਆ, ਉਹ ਉੱਡ ਜਾਂਦੀ ਹੈ, ਉੱਡੀ ਹੋਈ ਗੱਲ ਨੁਕਸਾਨ ਕਰ ਜਾਂਦੀ ਜੀ, ਬਹੁਤ ਵੱਡਾ ਨੁਕਸਾਨ ਕਰਦੀ ਹੈ, ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਜੀ ਜੀ। ਅੱਛਾ ਸਰ, ਅੱਜ ਕੱਲ੍ਹ ਕਾਫੀ ਸਿੰਗਰ ਹੈਗੇ ਆ, ਕਿਸੇ ਸਮੇਂ ਬੜੀ ਗੱਲ ਉੱਠਦੀ ਸੀ ਕਿ ਹਥਿਆਰਾਂ ਵਾਲੇ ਗਾਣੇ ਜਿਹੜੇ ਆ ਉਹ ਨਹੀਂ ਗਾਉਣੇ ਚਾਹੀਦੇ, ਗੈਂਗਸਟਰਵਾਦ ਫੈਲਦਾ, ਸਾਡੇ ਬੱਚੇ ਹਥਿਆਰਾਂ ਵੱਲ ਜਾਂਦੇ ਆ, ਇਹਦੇ ਬਾਰੇ ਕੀ ਟਿੱਪਣੀ ਆ ਤੁਹਾਡੀ? ਸਰ ਦੇਖੋ, ਉਹਨਾਂ ਕੋਲ ਵੱਡੇ ਵੱਡੇ ਐਡਵਾਈਜ਼ਰ ਬੈਠੇ ਆ, ਠੀਕ ਹੈ ਨਾ, ਲੀਗਲ ਡਿਪਾਰਟਮੈਂਟ ਬੈਠੇ ਆ, ਅਤੇ ਵੱਡੀਆਂ ਵੱਡੀਆਂ ਸਲਾਹਾਂ ਦੇਣ ਵਾਲੀਆਂ ਵੱਡੇ ਵੱਡੀ ਹਸਤੀਆਂ ਬੈਠੀਆਂ ਜੀ। ਸਰਕਾਰਾਂ ਦਾ ਕੰਮ ਹੈ, ਮਤਲਬ ਅਸੀਂ ਇਹ ਅਸੀਂ ਚੰਗੇ ਗੀਤ ਵੀ ਗਾਉਂਦੇ ਹਾਂ ਜੀ। ਮਤਲਬ ਚੰਗੇ ਗੀਤ ਜਦ ਅਸੀਂ ਮਾਂ ਬਾਪ ਦਾ ਗੀਤ ਗਾਤਾ ਜਾਂ ਕਿਸੇ ਨੂੰ ਸੇਧ ਦੇਣ ਵਾਲਾ ਗੀਤ ਗਾਤਾ ਜੀ, ਅਤੇ ਉਸ ਗੱਲ 'ਤੇ ਸਰੋਤੇ ਕਿਉਂ ਅਸਰ ਨਹੀਂ ਕਰਦੇ ਜੀ? ਸੁਣਿਆ ਤਾਂ ਉਹ ਵੀ ਗੀਤ ਉਹਨਾਂ ਨੇ, ਹੈ ਤਾਂ ਉਹ ਵੀ ਗੀਤ ਹੀ। ਅਸੀਂ ਕਹਿੰਦੇ ਆਪਣੀ ਮਾਂ ਬਾਪ ਦੀ ਸੇਵਾ ਕਰੋ, ਕਿਉਂ ਨਹੀਂ ਕਰਦੇ ਜੀ? ਅਸੀਂ ਕਹਿੰਦੇ ਨਸ਼ੇ ਛੱਡ ਦਿਓ, ਨਸ਼ੇ ਖਰਾਬ ਕਰਦੇ ਹੈ, ਤੁਹਾਨੂੰ ਤਬਾਹ ਕਰਦੇ ਹੈ, ਕਿਉਂ ਨਹੀਂ ਛੱਡਦੇ ਜੀ? ਮਤਲਬ ਆਰਟਿਸਟ ਤਾਂ ਆਪਣੀ ਹਰ ਡਿਊਟੀ ਪੂਰੀ ਕਰਦਾ ਹੈ ਨਾ ਜੀ, ਅਤੇ ਜਦੋਂ ਹਥਿਆਰ ਵਾਲਾ ਗੀਤ ਆ ਗਿਆ ਜਾਂ ਦਾਰੂ ਪਿਆਲੇ ਵਾਲਾ ਗੀਤ ਆ ਗਿਆ, ਹੁਣ ਦਾਰੂ ਪਿਆਲਾ ਤਾਂ ਦੇਖੋ ਡੀਜੇ ਦੇ ਉੱਤੇ ਨੱਚਣਾ, ਤਾਂ ਅਗਲਾ ਕਹਿੰਦਾ ਵੀ ਉਹ ਗੀਤ ਲਾ ਦੇ, ਉਹ ਗੀਤ ਲਾ ਦੇ, ਵੀ ਲਾ ਕੇ ਤਿੰਨ ਪੈਗ ਬੱਲੀਏ ਜੀ, ਹੈ ਨਹੀਂ, ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ ਜੀ। ਮਤਲਬ ਕਹਿਣ ਦਾ ਭਾਵ, ਹਰ ਦੁਨੀਆ ਦੇ ਵਿੱਚ ਹਰ ਤਰ੍ਹਾਂ ਦਾ ਵਰਗ ਦਾ ਲੋਕ ਰਹਿੰਦਾ, ਹਰ ਤਰ੍ਹਾਂ ਦਾ ਸਰੋਤ ਆਏਗਾ, ਉਹਨੇ ਕਿਹੜਾ ਗੀਤ ਸੁਣਨਾ ਕਿਹੜਾ ਨਹੀਂ ਸੁਣਨਾ ਉਹਦੀ ਸੋਚ 'ਤੇ ਡਿਪੈਂਡ ਕਰਦਾ। ਆਰਟਿਸਟ ਦਾ ਕੰਮ ਹੈਗਾ, ਆਰਟਿਸਟ ਦੀ ਹੈਗੀ ਦੁਕਾਨ, ਉਹਨੇ ਤਾਂ ਸੂਈ ਵੀ ਰੱਖਣੀ ਹੈ, ਧਾਗਾ ਵੀ ਰੱਖਣਾ, ਜਹਾਜ਼ ਵੀ ਰੱਖਣਾ, ਉਹਨੇ ਤਾਂ ਹਰ ਚੀਜ਼ ਰੱਖਣੀ, ਉਹਨੂੰ ਤਾਂ ਵੇਚਣੀ ਹੈ ਆਪਣੀ ਚੀਜ਼, ਅਤੇ ਉਹ ਤਾਂ ਲੈਣੇ ਵਾਲੇ ਨੂੰ ਸੋਚਣਾ ਚਾਹੀਦਾ। ਜੇ ਹੁਣ ਹਥਿਆਰਾਂ ਵਾਲੇ ਗੀਤ ਹੈ ਜੀ, ਹਥਿਆਰਾਂ ਵਾਲੇ ਗੀਤਾਂ ਨੂੰ ਲੋਕ ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲਿਆ ਹੋਇਆ ਹੈ ਉਹ ਹੈਗਾ ਵੀ ਗੱਡੀ ਗੁੱਡੀ ਵੱਡੀ ਰੱਖਣੀ, ਨੱਢੀ ਸੋਹਣੀ ਰੱਖਣੀ ਅਤੇ ਨਾਲ ਹਥਿਆਰ ਚੱਕਣਾ, ਇਹ ਟ੍ਰੈਂਡ ਬਣਿਆ ਹੋਇਆ ਜੀ। ਅਤੇ ਇਹਨਾਂ ਦੇ ਉੱਤੇ ਜ਼ਿਆਦਾ, ਮੈਂ ਤਾਂ ਖੈਰ ਜ਼ਿਆਦਾ ਹਥਿਆਰਾਂ ਵਾਲੇ ਗੀਤ ਗਾਏ ਨਹੀਂ, ਮੈਂ ਤਾਂ ਵੈਸੇ ਇੱਕ ਦੱਸ ਰਿਹਾ ਤੁਹਾਨੂੰ ਜੀ ਕਿ ਇੱਦਾਂ ਗੀਤ ਗਾਉਣ ਨਾਲ ਕਦੇ ਵਾਇਲੈਂਸ ਨਹੀਂ ਫੈਲਦਾ, ਕਦੇ ਦਹਿਸ਼ਤ ਨਹੀਂ ਫੈਲਦੀ, ਨਾ ਹੀ ਬੰਦਾ ਉਸ ਚੀਜ਼ ਨੂੰ ਕਾਪੀ ਕਰਦਾ ਜੀ। ਫਿਲਮਾਂ ਦੇ ਵਿੱਚ ਕਿਆ ਨਹੀਂ ਹੁੰਦਾ ਜੀ ਜੀ ਜੀ, ਹੁਣ ਉਹ ਜੇ ਫਿਲਮਾਂ ਨੂੰ ਕਾਪੀ ਕਰੇ ਫਿਰ ਤਾਂ ਦੁਨੀਆ ਮਰ ਜੂਗੀ ਸਾਰੀ, ਉਹ ਸਾਰੀ ਮਰ ਜਾਏਗੀ, ਫਿਰ ਤਾਂ ਖਤਮ ਹੀ ਹੋ ਜੂਗੀ ਜੀ। ਗੀਤ ਤਾਂ ਸੁਣਨੇ, ਉਹਦੇ ਵਿੱਚ ਤਾਂ ਦੇਖਿਆ ਜਾਂਦਾ ਹੈ। ਹੁਣ ਤੁਸੀਂ ਦੱਸੋ, ਅਸੀਂ ਗੀਤਾਂ ਦੇ ਵਿੱਚ ਪੁਲਿਸਾਂ ਦੀ ਵਰਦੀਆਂ ਤਾਂ ਨਹੀਂ ਫੜਦੇ, ਉੱਥੇ ਸ਼ਰੇਆਮ ਫਿਲਮਾਂ ਦੇ ਵਿੱਚ ਵਰਦੀਆਂ ਫੜਦੇ ਹੈ ਜੀ, ਤੇ ਫਿਰ ਉਹਨੂੰ ਕਾਪੀ ਕਰੂੰਗੇ ਉਹ ਲੋਕ, ਫਿਲਮਾਂ 'ਚ ਵੀ ਬੰਦ ਕਰਾਓ ਜੀ, ਉਹਨੂੰ ਬੰਦ ਨਹੀਂ ਕਰਾਉਂਦੇ, ਗੀਤਾਂ ਨੂੰ ਬੰਦ ਕਰਾਉਂਦੇ ਜੀ। ਮਤਲਬ ਕਹਿਣ ਦਾ ਭਾਵ, ਜਿੱਥੇ ਦਿਖਦਾ ਨਾ ਵੀ ਹਾਂ ਵੀ ਇਹਦਾ ਜ਼ੋਰ ਨਹੀਂ ਚੱਲਣਾ ਹੈਗਾ, ਗਰੀਬ ਬੰਦੇ ਦਾ ਹੀ ਮਤਲਬ ਗਲਾ ਘੋਟਿਆ ਜਾਂਦਾ, ਉਹ ਤਗੜੇ ਨੂੰ ਕੋਈ ਨਹੀਂ ਰੋਕਦਾ ਜੀ ਜੀ, ਚਲੋ ਕੋਈ ਨਹੀਂ, ਉਹਨਾਂ ਨੂੰ ਰੋਕਦਾ ਅਸੀਂ ਤਾਂ ਫਿਰ ਵੀ ਰੁਕੇ ਹੋਏ ਹਾਂ, ਉਹ ਚਲੋ ਹੋਰ ਗੀਤ ਬਥੇਰੇ ਆ, ਹੋਰ ਗਾ ਲਾਂਗੇ ਜੀ। ਅੱਛਾ ਸਰ, ਇੱਕ ਲਾਸਟ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਹੈਗਾ ਕਿ ਪਿਛੀ ਗਾਣਾ ਆਇਆ ਸੀ ਤੁਹਾਡਾ ਹਨੀ ਸਿੰਘ ਦੇ ਨਾਲ, ਹਾਂਜੀ, ਔਰ ਖਬਰ ਇਹ ਵੀ ਆ ਰਹੀ ਹੈ, ਚਰਚਾ ਇਸ ਗੱਲ ਦੀ ਵੀ ਆ ਰਹੀ ਕਿ ਸ਼ਾਇਦ ਤੁਸੀਂ ਪੇਸ਼ੀ 2 ਵੀ ਕਰ ਰਹੇ ਹੋ। ਹਾਂਜੀ, ਪੇਸ਼ੀ 2 ਵੀ ਕਰ ਰਹੇ ਜੀ, ਪੇਸ਼ੀ 2 ਬਟ ਹਨੀ ਸਿੰਘ ਨਾਲ ਨਹੀਂ ਜੀ ਕਰ ਰਹੇ ਜੀ, ਪੇਸ਼ੀ 2 ਅਸੀਂ ਆਪੇ ਹੀ ਕਰ ਰਹੇ ਹਾਂ, ਕਿਉਂਕਿ ਡਿਮਾਂਡ ਬਹੁਤ ਹੈਗੀ ਸਰੋਤਿਆਂ ਦੀ, ਪੇਸ਼ੀ 2 ਗਾਣਾ ਕਰੋ, ਪੇਸ਼ੀ 2 ਗਾਣਾ ਕਰੋ, ਅਤੇ ਮੈਂ ਪੇਸ਼ੀ 2 ਲਿਖਿਆ ਡੂ ਇਟ ਜੀ, ਅਤੇ ਉਹ ਦੇਖ ਰਹੇ ਜੀ ਕੰਪਨੀ ਜਿਹੜੀ ਰਿਕਾਰਡ ਕਰੂਗੀ। ਵੈਸੇ ਇੱਕ ਪ੍ਰੋਡਿਊਸਰ ਹੈਗੇ ਬਹੁਤ ਅੱਛੇ ਹੈ ਜੀ, ਨਾਈਸ ਪਰਸਨ ਹੈ, ਉਹ ਵੈਸੇ ਹੀ ਕੋਈ ਪੁਰਾਣੇ ਕਲਾਕਾਰਾਂ ਨੂੰ ਬਹੁਤ ਪਿਆਰ ਕਰਦੇ ਹੈ ਜੀ, ਕਾਫੀ ਕਲਾਕਾਰਾਂ ਦੇ ਗਾਣੇ ਕਰ ਰਹੇ ਉਹਨਾਂ ਨੇ ਵੀ ਮੈਨੂੰ ਪੇਸ਼ੀ 2 ਵਾਸਤੇ ਹੀ ਉਹਨਾਂ ਰਿਕੁਆਇਰਮੈਂਟ ਰੱਖੀ ਆਪਣੀ ਕਿ ਪੇਸ਼ੀ 2 ਕਰਨਾ ਵੀ ਹੈਗਾ ਲਿਖਿਆ ਹੋਇਆ, ਮੈਂ ਕਿਹਾ ਹੈਗਾ ਜੀ, ਇਹ ਕਹਿੰਦੇ ਵੀ ਸੁਣਾਓ, ਜਦੋਂ ਮੈਂ ਸੁਣਾਇਆ ਉਹਨਾਂ ਨੂੰ ਪਸੰਦ ਆ ਗਿਆ ਜੀ, ਕਹਿੰਦੇ ਵੀ ਵੋਕਲ ਦੇ ਜਾ, ਮੈਂ ਦੇ ਆਇਆ ਵੋਕਲ, ਉਹਦਾ ਮਿਊਜ਼ਿਕ ਬਣ ਰਿਹਾ ਜੀ, ਅਤੇ ਬਾਕੀ ਹੁਣ ਕੁੜੀ ਕਿਹੜੀ ਗਾਉਂਦੀ ਹੈ ਨਾਲ ਜਾਂ ਕੋਲੈਬੋਰੇਟ ਕਿਹਦੇ ਨਾਲ ਕਰਦੇ ਉਹ, ਕਿਉਂਕਿ ਡੂਇਟ ਗੀਤ ਮੁੰਡੇ ਨਾਲ ਵੀ ਗਾਇਆ ਜਾਂਦਾ, ਜੋ ਕਿ ਨਾਮਬਰ ਬੰਦਾ ਕੋਈ ਨਾਲ ਲਾ ਦਿੰਦੇ ਮੇਰੇ, ਮੈਨੂੰ ਮੁੰਡਾ ਵੀ ਪਸੰਦ ਹੈ, ਮੁੰਡਾ ਗਾ ਦੇਵੇ ਕੋਈ ਤਾਂ ਵੀ ਠੀਕ ਹੈ, ਕੋਈ ਗੱਲ ਨਹੀਂ। ਅਤੇ ਪਹਿਲਾਂ ਕਿਸੇ ਮਤਲਬ ਮੁੰਡੇ ਵਾਸਤੇ ਹੀ ਕੀਤਾ ਸੀ ਉਹਨੇ, ਉਹਨਾਂ ਕੋਲ ਸੈਨ ਸੀਗਾ, ਅਤੇ ਮੇਰੇ ਖਿਆਲ ਉਹ ਥੋੜ੍ਹੇ ਜਿਹੇ ਸਾਈਡ 'ਤੇ ਹੋ ਗਿਆ, ਉਹਨਾਂ ਦੀ ਕੋਈ ਹੋ ਗਈ ਹੋਣੀ ਗੱਲਬਾਤ ਜੀ ਜੀ। ਮੈਂ ਤੁਹਾਨੂੰ ਪੇਸ਼ੀ 2 ਦੇ 2 ਬੋਲ ਸੁਣਾਉਂਦਾ ਜੀ ਜੀ, ਜ਼ਰੂਰ। ਓ ਮਾਰੇ ਸੀਟੀਆਂ ਕਰੇ ਬਦਮਾਸ਼ੀਆਂ ਤੇ ਫੜ
मेरी गुत ते बठिंडे वाला थाना लवा दू हथी हथ कड़िया ओ मेरी गुत ते बठिंडे वाला थाना लवा दू हथी हथ कड़िया उत्थे जिहड़ा मेल दा बोल है ओह कहिंदा जी उत्थे रोब नहीं किसे दा चलदा जिथे चले तीर अखदा मैनू कट ना मजाजी ने जानी डब च पिस्तौल रखदा ओ मैनू कट ना मजाजी ने जानी नी डब च गलौक रखदा। इस तरह गीत दे विच एक दूसरे की छेड़ाछाड़ी हैगी बहुत सोहने अगे बोल लिखे हुए हैं जी जी सारा गीत एंड तक ऐदा ही कदों तक प्लान हैगा इहनूं वैसे तो जल्दी करन दा हैगा पर हुण प्रोड्यूसर दा कंपनी दे अगे कोई जोर नहीं चलदा जी आर्टिस्ट दा इत्थे अगे मार खा जांदा मैनूं प्रोड्यूसरां ने ही मारिया होया जी मैं उहनां दा दबाया होया ही दबिया बैठा जी जी क्योंकि उह रिकॉर्ड करके ले जांदे आ साइन करा ले जांदे मुड़ के कद कढ़णा कद नहीं कढ़णा जी जी उह उहनां दा कम्म है जी 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 आ जाऊगा जल्दी कोई नहीं। सजी लास्ट विच तुसीं साडे श्रोतियां नूं साडे दर्शकां नूं तुहानूं प्यार करन वाले ਜਿਹੜੇ ਚਾਹੁਣ ਵਾਲੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੇਰੇ ਮਿੱਤਰ ਹੈਗੇ ਜੀ ਐਸ ਡੀ ਭੁੱਲਰ ਸਾਹਿਬ ਜੀ ਬਹੁਤ ਅੱਛੇ ਮਿੱਤਰ ਹੈ ਮੇਰੇ ਉਹ ਇੱਕ ਸੁਨੇਹਾ ਦਿੰਦੇ ਹੁੰਦੇ ਜਦੋਂ ਅਸੀਂ ਕਿਸੇ ਮੀਟਿੰਗ 'ਚ ਬੈਠੇ ਹੁੰਦੇ ਕਿਤੇ ਕੋਈ ਗੱਲਬਾਤ ਕਰਦੇ ਹੁੰਦੇ ਹਾਂ ਕਿ ਯਾਰ ਸਾਡਾ ਜਿਹੜਾ ਵਾਤਾਵਰਨ ਹੈ ਸਾਡਾ ਇਨਵਾਇਰਮੈਂਟ ਹੈ ਇਹ ਯਾਰ ਇਹ ਬਹੁਤ ਮਤਲਬ ਖਰਾਬ ਹੋ ਚੁੱਕਿਆ ਜੀ ਅਸੀਂ ਤਾਂ ਹੁਣ ਸਰੋਤਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਦਰਸ਼ਕਾਂ ਨੂੰ ਸੁਣਨ ਵਾਲਿਆਂ ਨੂੰ ਕਿ ਭਰਾਵਾ ਜਿਹੜਾ ਪੋਲਿਊਸ਼ਨ ਹੈ ਉਹਨੂੰ ਘੱਟ ਫੈਲਾਓ ਜੀ ਠੀਕ ਹੈ ਨਾ ਪ੍ਰਦੂਸ਼ਣ ਨਾਲ ਸਾਡਾ ਜਿਹੜਾ ਹਵਾ ਪਾਣੀ ਹੈ ਸਾਰਾ ਪ੍ਰਦੂਸ਼ਿਤ ਹੋ ਰਿਹਾ ਔਰ ਇਹਨੂੰ ਦੇਖ ਇਹਦੀ ਸਾਂਭ ਸੰਭਾਲ ਕਰਨ ਵਾਸਤੇ ਪਾਣੀ ਦੀ ਘੱਟ ਵਰਤੋਂ ਕਰੋ ਜਿੰਨਾ ਵੱਧ ਤੋਂ ਵੱਧ ਘੱਟ ਹੋ ਸਕਦਾ ਪਾਣੀ ਨੂੰ ਪਾਣੀ ਦੀ ਦੁਰਵਰਤੋਂ ਨਾ ਕਰੋ ਜੀ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਕੁਛ ਬਚਦਾ ਨਜ਼ਰ ਨਹੀਂ ਆ ਰਿਹਾ ਜੀ ਅਤੇ ਬਾਕੀ ਪਾਣੀ ਕਿਵੇਂ ਸਾਡੇ ਕੋਲ ਸੇਫ ਰਹਿ ਸਕਦਾ ਹੈ ਉਹਦੇ ਵਾਸਤੇ ਸਾਨੂੰ ਦਰਖਤ ਲਾਉਣੇ ਚਾਹੀਦੇ ਬੂਟੇ ਲਾਉਣੇ ਚਾਹੀਦੇ ਜੀ ਅਸੀਂ ਮੈਂ ਤੇ ਭੁੱਲਰ ਸਾਹਿਬ ਨੇ ਕਾਫੀ ਜਗ੍ਹਾ ਬੂਟੇ ਲਾਏ ਵੀ ਹੈ ਅਸੀਂ ਲਾਉਣ ਚਲੇ ਜਾਂਦੇ ਇੱਦਾਂ ਹੀ ਕਿਉਂਕਿ ਸੋਸ਼ਲ ਵਰਕਰ ਹੈ ਉਹ ਵੀ ਅਤੇ ਅਸੀਂ ਤਾਂ ਮਤਲਬ ਜਿੱਥੇ ਜਿੱਥੇ ਕਿਤੇ ਕਿਸੇ ਚੀਜ਼ ਦਾ ਯੋਗਦਾਨ ਪੈਂਦਾ ਅਸੀਂ ਪਾਉਂਦੇ ਰਹਿੰਦੇ ਹਾਂ ਜੀ ਅਤੇ ਬਾਕੀ ਤੁਸੀਂ ਤੁਹਾਡਾ ਕੋਈ ਸੁਝਾਅ ਹੋਏਗਾ ਸਰਦਾਰ ਹਰਵਿੰਦਰ ਸਿੰਘ ਜੀ ਅਤੇ ਤੁਸੀਂ ਸਾਨੂੰ ਦੱਸ ਦਿਓ ਅਤੇ ਅਸੀਂ ਤੁਹਾਡੇ ਮੁਤਾਬਕ ਵੀ ਕਰਾਂਗੇ ਜੋ ਸਾਡੀ ਆਪਾਂ ਤੁਹਾਡੇ ਨਾਲ ਸਰ ਜਦੋਂ ਯਾਦ ਕਰਾਂਗੇ ਅਸੀਂ ਹਾਜ਼ਰ ਹੈ ਠੀਕ ਹੈ ਸਰ ਠੀਕ ਹੈ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ।